ਗੁਰੂ ਜੀ ਦੀ ਜੁੜ ਬੈਠੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਣੇ ਸਾਰੇ ਸੰਸਾਰ ਦਾ ਆਪਣਾ ਮਾਰਗਦਰਸ਼ਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਕਰ ਰਹੇ ਹਾਂ। ਮਾਰਗਦਰਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਆਪਾਂ ਭੁੱਲ ਚੁੱਕੇ ਹਾਂ ਉਹ ਰਸਤੇ ਬਾਰੇ ਦੱਸਣਾ, ਉਸ ਰਸਤੇ 'ਤੇ ਚਲਾਉਣਾ। ਅਤੇ ਹੁਣ ਆਪਾਂ ਕੀ ਭੁੱਲ ਗਏ? ਆਪਾਂ ਸਾਰੇ ਹੀ ਆਪਣੇ ਪਿਤਾ ਨੂੰ ਭੁੱਲ ਗਏ। ਜਿੱਥੇ ਸਾਡਾ ਪਿਤਾ ਵੱਸਦਾ ਅਸੀਂ ਉਹ ਜਗ੍ਹਾ ਨੂੰ ਭੁੱਲ ਗਏ। ਉਹ ਤਾਂ ਬੜੇ ਦੂਰ ਦੀ ਗੱਲ, ਅਸੀਂ ਆਪਣੇ ਆਪ ਨੂੰ ਵੀ ਭੁੱਲ ਗਏ ਵੀ ਆਪਾਂ ਕੌਣ ਹਾਂ। ਅਤੇ ਹੁਣ ਤੱਕ ਆਪਾਂ ਆਪਦੇ ਆਪ ਨੂੰ ਕੀ ਸਮਝਦੇ ਆਏ? ਇਹ ਸਰੀਰ ਕੀ ਸਮਝਦੇ ਆ ਜੀ? ਸਰੀਰ, ਆਪਾਂ ਸਰੀਰ ਨਹੀਂ ਹਾਂ, ਆਪਾਂ ਇੱਕ ਚਾਨਣ ਹਾਂ। ਕੀ ਆ ਜੀ? ਆਪਾਂ ਇੱਕ ਲਾਈਟ ਹਾਂ, ਆਪਾਂ ਇੱਕ ਮਨ ਹਾਂ। ਮਨ ਜੋਤ ਸਰੂਪ ਹੈ, ਲਾਈਟ ਰੂਪ ਹੈ, ਚਾਨਣ ਹੈ। ਹੁਣ ਇਹ ਸਾਰੇ ਦਾ ਸਾਰਾ ਜੋ ਗਿਆਨ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਦਰਜ ਹੈ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਜੀ ਦਾ ਪ੍ਰੈਕਟੀਕਲ ਹੈ, ਜੋ ਪ੍ਰੈਕਟੀਕਲ ਗੁਰੂ ਨਾਨਕ ਦੇਵ ਮਹਾਰਾਜ ਜੀ ਲੈ ਕੇ ਆਏ, ਉਹ ਪ੍ਰੈਕਟੀਕਲ ਅੱਗੇ ਭਾਈ ਲਹਿਣਾ ਜੀ ਨੇ ਕੀਤਾ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣੇ, ਫਿਰ ਉਹੀ ਪ੍ਰੈਕਟੀਕਲ ਗੁਰੂ ਅਮਰਦਾਸ ਜੀ ਨੇ ਕੀਤਾ, ਫਿਰ ਗੁਰੂ ਰਾਮਦਾਸ ਜੀ ਨੇ। ਇਸੇ ਤਰ੍ਹਾਂ ਅੱਗੇ ਦੀ ਅੱਗੇ ਪ੍ਰੈਕਟੀਕਲ ਚੱਲਦਾ ਰਿਹਾ ਅਤੇ ਉਹ ਗੁਰੂ ਸਾਹਿਬਾਨ ਆਪੋ ਆਪਣਾ ਪ੍ਰੈਕਟੀਕਲ ਰੱਬ ਕਿਹੋ ਜਿਹਾ ਦੇਖਿਆ ਉਹ ਲਿਖ ਦਿੱਤਾ ਉਹਨਾਂ ਨੇ। ਉਹਦੀ ਆਵਾਜ਼ ਕਿਸ ਤਰ੍ਹਾਂ ਦੀ ਸੁਣੀ ਉਹ ਲਿਖ ਦਿੱਤਾ ਉਹਨਾਂ ਨੇ। ਔਰ ਉਹਨਾਂ ਵੱਲੋਂ ਜੋ ਮਨ ਦੀ ਖੁਰਾਕ ਹੈ ਅੰਮ੍ਰਿਤ ਰਸ, ਉਹ ਲਿਖ ਦਿੱਤਾ ਵੀ ਬੜਾ ਮਿੱਠਾ ਹੈ ਅੰਮ੍ਰਿਤ ਰਸ, ਮਹਾਰਸ ਮਿੱਠਾ, ਉਹ ਲਿਖ ਦਿੱਤਾ। ਉਹਦਾ ਜਿਹੜਾ ਬੱਚਾ ਹੈ ਮਨ, ਉਹ ਮਨ ਬਾਰੇ ਲਿਖ ਦਿੱਤਾ ਕਿ ਮਨ ਸਰੀਰ ਨਹੀਂ ਹੈ, ਮਨ ਇੱਕ ਸ਼ੀਸ਼ੇ ਵਰਗਾ ਹੈ। ਮਨ ਕਹਿੰਦੇ ਵਰਗਾ ਜੀ? ਸ਼ੀਸ਼ੇ ਵਰਗਾ। ਕੋਲੋਂ ਤੀਰ ਤੁੱਕੇ ਨਹੀਂ ਲਾਉਣੇ, ਆਈਡੀਏ ਨਹੀਂ ਲਾਉਣੇ, ਅੰਦਾਜ਼ੇ ਨਹੀਂ ਲਾਉਣੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਦੱਸਣਾ। ਅਤੇ ਮਹਾਰਾਜ ਦੀ ਬਾਣੀ 'ਚ ਦੱਸਿਆ ਗਿਆ, ਕਹਿੰਦੇ ਇਹ ਮਨ ਆਰਸੀ। ਕਿਸ ਤਰ੍ਹਾਂ ਦਾ ਜੀ? ਆਰਸੀ ਕਿਹਨੂੰ ਕਹਿੰਦੇ ਨੇ? ਸ਼ੀਸ਼ੇ ਨੂੰ। ਮਨ ਸ਼ੀਸ਼ੇ ਵਰਗਾ। ਅਤੇ ਹੁਣ ਸਾਡੇ ਸਰੀਰ ਦੇ ਵਿੱਚ ਸ਼ੀਸ਼ਾ ਕਿੱਥੇ ਹੈ? ਅੱਖਾਂ ਦੇ ਵਿੱਚ। ਅੱਖਾਂ ਦੇ ਵਿੱਚ ਕਿੱਥੇ ਹੈ? ਬਾਹਰਲੇ ਪਾਸੇ ਚਿੱਟਾ ਡੇਲਾ, ਇਹਦੇ ਵਿੱਚ ਕਾਲਾ ਭੂਰਾ ਡੇਲਾ ਹੈ। ਤੀਸਰਾ ਪੋਰਸ਼ਨ ਹੋਰ ਦੇਖੋ, ਉਹ ਕੀ ਹੈ? ਸ਼ੀਸ਼ਾ। ਤੁਹਾਨੂੰ ਉਹਦੇ ਵਿੱਚ ਆਪਦਾ ਚਿਹਰਾ ਨਜ਼ਰ ਆਏਗਾ, ਤੁਸੀਂ ਦੂਸਰੇ ਦੀ ਅੱਖ 'ਚ ਦੇਖੋ ਤੁਹਾਨੂੰ ਤੁਹਾਡੀ ਫੋਟੋ ਨਜ਼ਰ ਆਏ। ਇਹ ਕੀ ਹੈ? ਸ਼ੀਸ਼ਾ। ਇਹਨੂੰ ਆਰਸੀ ਕਹਿੰਦੇ ਨੇ, ਜਿਹਦੇ ਵਿੱਚ ਆਪਾਂ ਨੂੰ ਚਿਹਰਾ ਨਜ਼ਰ ਆਉਂਦਾ। ਜਿਵੇਂ ਸਵੇਰੇ ਪੱਗ ਬੰਨ੍ਹਣ ਲੱਗੇ ਆਪਾਂ ਸ਼ੀਸ਼ੇ ਮੂਹਰੇ ਜਾਂਦੇ ਹਾਂ, ਸਾਰੇ ਲੜ ਦਿਸਦੇ ਨੇ ਕਿਵੇਂ ਕਿਵੇਂ ਸੈੱਟ ਕਰਦੇ ਹਾਂ ਆਪਾਂ, ਕਿਉਂਕਿ ਉਹ ਸ਼ੀਸ਼ੇ ਦੇ ਮਗਰ ਰੰਗ ਮਾਰਿਆ ਹੁੰਦਾ, ਪੇਂਟ ਮਾਰਿਆ ਹੁੰਦਾ। ਅਤੇ ਜੋ ਮਾਲਕ ਹੈ ਉਹ ਵੀ ਸ਼ੀਸ਼ਾ, ਲੇਕਿਨ ਉਹ ਸ਼ੀਸ਼ਾ ਹੋਰ ਤਰ੍ਹਾਂ ਦਾ ਹੈ। ਉਹ ਆ ਦਰਪਣ। ਦਰਪਣ ਦਾ ਮਤਲਬ ਕਿ ਉਹਦੇ ਆਰ ਪਾਰ ਦਿਸਦਾ। ਉਹ ਉਸ ਤਰ੍ਹਾਂ ਦਾ ਮਾਲਕ, ਕਣ ਕਣ ਵਿੱਚ, ਜਰੇ ਜਰੇ ਵਿੱਚ, ਧਰਤੀ ਵਿੱਚ, ਪਾਣੀ ਵਿੱਚ, ਅੱਗ ਵਿੱਚ, ਹਰ ਜਗ੍ਹਾ 'ਤੇ ਮੌਜੂਦ ਆ। ਉਹ ਸਾਡੇ ਅੰਦਰ ਵੀ ਮੌਜੂਦ ਹੈ, ਸਾਡੇ ਬਾਹਰ ਵੀ ਮੌਜੂਦ ਹੈ। ਅਤੇ ਜੇ ਅੰਦਰ ਬਾਹਰ ਹੈਗਾ ਤਾਂ ਹੀ ਮਹਾਰਾਜ ਨੇ ਕਿਹਾ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਇਹ ਸਾਰੇ ਦਾ ਸਾਰਾ ਜੋ ਪ੍ਰੈਕਟੀਕਲ ਸੀ ਭਗਤਾਂ ਨੇ ਕੀਤਾ। ਬਾਬਾ ਕਬੀਰ ਜੀ ਨੇ, ਫਰੀਦ ਜੀ ਨੇ, ਰਵਿਦਾਸ ਜੀ ਨੇ, ਧੰਨਾ ਜੀ ਨੇ, ਬੇਣੀ ਜੀ ਨੇ, ਪੀਪਾ ਜੀ ਨੇ, ਗੁਰੂ ਸਾਹਿਬਾਨ, ਸਾਰੇ ਪ੍ਰੈਕਟੀਕਲ ਨੂੰ ਕਿਹਨਾਂ ਨੇ ਇਕੱਠਾ ਕੀਤਾ? ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਕੱਠਾ ਕੀਤਾ। ਇਕੱਠਾ ਕਰਕੇ ਫਿਰ ਉਦੋਂ ਗੁਰੂ ਮਹਾਰਾਜ ਦੀ ਬਾਣੀ ਨੂੰ ਨਾਂ ਦਿੱਤਾ ਗਿਆ ਪੋਥੀ ਪਰਮੇਸ਼ਰ ਕਾ ਥਾਨ। ਥਾਨ ਕਿਹਨੂੰ ਕਹਿੰਦੇ ਆ? ਜਿਹੜੀ ਜ਼ਿਆਦਾ ਵੱਡੀ ਚੀਜ਼ ਹੁੰਦੀ ਉਹਨੂੰ ਥਾਨ ਕਹਿੰਦੇ। ਜਿਵੇਂ ਥਾਨ ਦੇ ਵਿੱਚੋਂ ਆਪਾਂ ਕੱਪੜਾ ਪੜਵਾਉਂਦੇ ਹਾਂ, ਉਹਦੇ 'ਚ ਜ਼ਿਆਦਾ ਕੱਪੜਾ ਹੁੰਦਾ, ਜਿੰਨੀ ਕੁ ਲੋੜ ਹੁੰਦੀ ਆਪਾਂ ਉਹਨਾਂ ਕੋਲ ਉਹਦੇ 'ਚੋਂ ਘਟਾ ਲੈਂਦੇ ਹਾਂ। ਇਸ ਕਰਕੇ ਬਹੁਤ ਵੱਡਾ ਹੋਣ ਕਰਕੇ ਥਾਨ ਦਾ ਨਾਮ ਦੇ ਦਿੱਤਾ ਵੀ ਇਹਦੇ ਵਿੱਚ ਬਹੁਤ ਡੂੰਘਾ ਗਿਆਨ ਆ। ਉਸ ਤੋਂ ਬਾਅਦ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਅਕਾਲ ਪੁਰਖ ਜੀ ਦੀ ਆਗਿਆ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਲੜ ਲਾ ਦਿੱਤਾ। ਫਿਰ ਉਹਨਾਂ ਨੇ ਬਾਣੀ ਕਿਹਨਾਂ ਤੋਂ ਲਿਖਵਾਈ? ਉਹਨਾਂ ਨੇ ਬਾਣੀ ਲਿਖਾਈ ਭਾਈ ਮਣੀ ਸਿੰਘ ਜੀ ਤੋਂ, ਔਰ ਬਾਬਾ ਦੀਪ ਸਿੰਘ ਜੀ ਨੂੰ ਪਹਿਰੇ 'ਤੇ ਖੜ੍ਹਾ ਕੀਤਾ ਵੀ ਕੋਈ ਡਿਸਟਰਬ ਨਾ ਕਰੇ, ਤੰਬੂ ਲਾ ਲਿਆ। ਉਦੋਂ ਇਹੀ ਸਹੂਲਤਾਂ ਹੁੰਦੀਆਂ ਸੀ। ਅਤੇ ਫਿਰ ਕਹਿੰਦੀ ਆਗਿਆ ਆਈ, ਕਹਿੰਦੇ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਵੋ ਚਾਹੇ ਖੋਜ ਸ਼ਬਦ ਮੈਂ ਲੇ। ਕਹਿੰਦੇ ਜਿਹੜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ ਉਹ ਸ਼ਬਦ ਦੀ ਖੋਜ ਕਰ ਲਓ। ਕਿਹੜੇ ਸ਼ਬਦ ਦੀ ਖੋਜ ਕਰ ਲਓ? ਇੱਕ ਸ਼ਬਦ ਦੀ ਖੋਜ ਕਰੋ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਬੜੇ ਸ਼ਬਦ ਨੇ, 1430 ਅੰਗ ਸ਼ਬਦ ਹੀ ਸ਼ਬਦ ਨੇ, ਲੇਕਿਨ ਅਸੀਂ ਉਹ ਸ਼ਬਦ ਦੀ ਖੋਜ ਕਰਨੀ ਜਿਹੜਾ ਇੱਕ ਸ਼ਬਦ ਆ, ਜਿਹਦੇ ਬਾਰੇ ਵਾਰ ਵਾਰ ਗੁਰਬਾਣੀ ਦੇ ਵਿੱਚ ਆਉਂਦਾ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾ ਆਵਾਂ। ਸਭ ਇੱਕੋ ਸ਼ਬਦ ਵਰਤਦਾ, ਵੀ ਹਰ ਜਗ੍ਹਾ 'ਤੇ ਇੱਕੋ ਹੀ ਸ਼ਬਦ ਵਰਤਦਾ, ਉਹ ਸ਼ਬਦ ਕਿਹੜਾ? ਫਿਰ ਇਹਨੂੰ ਕਿਹਾ ਗਿਆ ਨਾਨਕ ਲੇਖੇ ਇੱਕ ਗੱਲ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝੱਖਣਾ ਚਾਰ। ਕਹਿੰਦੇ ਵੀ ਉਹ ਇੱਕ ਗੱਲ ਕਿਹੜੀ ਆ? ਉਹ ਵੀ ਸ਼ਬਦ ਆ। ਸ਼ਬਦ ਮੀਨਜ ਨਾਮ, ਉਹ ਨਾਮ ਉਹ ਸ਼ਬਦ ਮਾਲਕ ਨੇ ਸਾਡੇ ਅੰਦਰ ਰੱਖਿਆ ਹੋਇਆ। ਮਾਲਕ ਨੇ ਕਿੱਥੇ ਰੱਖਿਆ ਜੀ? ਸਾਡੇ ਅੰਦਰ। ਨਾ ਉਹਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਇਹ ਜੋ ਨਾਮ ਹੈ, ਸ਼ਬਦ ਹੈ, ਇਹ ਬਹੁਤ ਕੀਮਤੀ ਹੈ, ਇਹ ਖਜ਼ਾਨਾ ਹੈ। ਇਹਨੂੰ ਮਾਲਕ ਨੇ ਲੁਕਾ ਕੇ ਰੱਖਿਆ। ਜਿਵੇਂ ਬੱਚੇ ਘਰ ਦੇ ਵਿੱਚ ਕਿਤੇ ਵਿਆਹ ਸ਼ਾਦੀ 'ਤੇ ਜਾਣ, ਅਤੇ ਮਾਂ ਪਿਓ ਬਜ਼ੁਰਗ ਵੀ ਹੋਣ, ਅਤੇ ਉਹ ਡਿਊਟੀ 'ਤੇ ਮੰਜਾ ਡਾਹ ਲੈਂਦੇ ਨੇ ਦਲਾਨ ਦੇ ਵਿੱਚ, ਵੀ ਕੋਈ ਕਿੰਨਾ ਖਿਆਲ ਰੱਖਦੇ ਮਾਂ ਪਿਓ ਵੀ ਸਾਡੇ ਬੱਚਿਆਂ ਦੀ ਕੋਈ ਚੀਜ਼ ਚੋਰੀ ਕਰਕੇ ਨਾ ਕੋਈ ਲੈ ਜਾਵੇ। ਕਿੰਨਾ ਪਹਿਰਾ ਦਿੰਦੇ ਨੇ ਮਾਂ ਪਿਓ, ਜਿਨ੍ਹਾਂ ਨੂੰ ਅੱਜ ਕੱਲ੍ਹ ਆਪਾਂ ਗੌਰ ਹੀ ਨਹੀਂ ਕਰਦੇ, ਬੇਇੱਜ਼ਤੀ ਕਰ ਦਿੰਦੇ ਹਾਂ ਬੋਲਣ ਲੱਗੇ। ਚਾਹੇ ਕਿਸ ਤਰ੍ਹਾਂ ਦਾ ਵੀ ਹੈ, ਮਾਂ ਪਿਓ ਮਾਂ ਪਿਓ ਹੀ ਹੈ। ਅਤੇ ਜੇ ਅਸੀਂ ਇਸ ਮਾਂ ਪਿਓ ਦੀ ਕਦਰ ਨਹੀਂ ਕਰਾਂਗੇ, ਤਾਂ ਫਿਰ ਜਿਹੜਾ ਅਕਾਲ ਪੁਰਖ ਸਾਡਾ ਮਾਂ ਪਿਓ ਆ, ਹਰਜੀ ਮਾਤਾ ਹਰਜੀ ਪਿਤਾ, ਫਿਰ ਉਹਦੀ ਕਦਰ ਕਿਵੇਂ ਕਰਾਂਗੇ? ਇੱਧਰ ਵੀ ਕਰਨੀ ਹੈ ਅਤੇ ਉੱਧਰ ਵੀ ਕਰਨੀ ਹੈ। ਹੁਣ ਉਹ ਜੋ ਸਾਡਾ ਮਾਂ ਪਿਓ ਹੈ, ਅਕਾਲ ਪੁਰਖ ਵਾਹਿਗੁਰੂ ਜੀ ਹੈ, ਉਹਨਾਂ ਨੇ ਆਪ ਹੀ ਭਗਤਾਂ ਨੂੰ ਆਪਣਾਪਣ ਜਨਾਇਆ ਅਤੇ ਉਹਨਾਂ ਤੋਂ ਗੁਰਬਾਣੀ ਲਿਖਾਈ। ਗੁਰੂ ਸਾਹਿਬਾਨ ਜੀ ਗੁਰੂ ਨਾਨਕ ਦੇਵ ਜੀ ਪਿੱਛੋਂ ਜਣੇ ਜਣਾਏ ਆਏ, ਗਾਂਹ ਗੁਰਮੁਖਾਂ ਨੇ ਪ੍ਰੈਕਟੀਕਲ ਕੀਤਾ, ਉਹਨਾਂ ਤੋਂ ਬਾਣੀ ਲਿਖਾਈ। ਕਾਹਦੇ ਲਈ ਲਿਖਾਈ? ਸਾਡੇ ਲਈ ਲਿਖਾਈ, ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ, ਪੜ੍ਹ ਕੇ ਵਿਚਾਰੋ, ਵਿਚਾਰ ਕੇ ਕੀ ਕਰੋ? ਪ੍ਰੈਕਟੀਕਲ ਕਰੋ। ਤੁਸੀਂ ਵੀ ਸੱਚੀ ਮੁੱਚੀ ਮਾਲਕ ਨੂੰ ਮਿਲ ਲਓ, ਸੱਚੀ ਮੁੱਚੀ ਮਿਲੋ। ਇੱਕ ਤਾਂ ਹੁੰਦੀਆਂ ਨੇ ਗੱਲਾਂ, ਕਈ ਗੁਰਮੁਖ ਗੱਲ ਨੂੰ ਹਾਸੇ 'ਚ ਪਾ ਲੈਂਦੇ ਨੇ, ਕਿਉਂਕਿ ਉਹਨਾਂ ਵਿਚਾਰਿਆਂ ਦਾ ਪ੍ਰੈਕਟੀਕਲ ਨਹੀਂ ਨਾ ਹੁੰਦਾ। ਆਪਾਂ ਨੂੰ ਉਲਟਾ ਉਹਨਾਂ 'ਤੇ ਆਸਾ ਹੁੰਦਾ ਵੀ ਦੇਖੋ ਇਹ ਸਮਝਿਆ ਹੀ ਨਹੀਂ ਗੁਰਬਾਣੀ ਨੂੰ, ਹੈ ਨਹੀਂ? ਅਤੇ ਜਦੋਂ ਪ੍ਰੈਕਟੀਕਲ ਹੋ ਜਾਂਦਾ ਤਾਂ ਫਿਰ ਆਪਾਂ ਸੋਚਦੇ ਹਾਂ ਸੱਚੇ ਪਾਤਸ਼ਾਹ, ਜੇ ਤੂੰ ਮੇਰੇ ਵਰਗੇ 'ਤੇ ਕਿਰਪਾ ਕਰ ਸਕਦਾ, ਮੈਂ ਤਾਂ ਆਪਦੇ ਆਪ ਨੂੰ ਕੀੜਾ ਸਮਝਦਾ। ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰਦਿਆ ਨਾਮ ਪ੍ਰਕਾਸ਼। ਸੱਚੇ ਪਾਤਸ਼ਾਹ ਜੇ ਤੂੰ ਇਹੋ ਜਿਹੇ ਕੀੜੇ 'ਤੇ ਕਿਰਪਾ ਕਰ ਸਕਦਾ, ਫਿਰ ਤੂੰ ਸਾਰਿਆਂ 'ਤੇ ਕਰ। ਉਹਨੂੰ ਫਿਰ ਦੂਸਰਿਆਂ 'ਤੇ ਤਰਸ ਆਉਂਦਾ, ਗੁਰਮੁਖ ਨੂੰ ਦੂਸਰਿਆਂ 'ਤੇ ਤਰਸ ਆਉਂਦਾ, ਆਪਦੇ ਭੈਣਾਂ ਭਰਾਵਾਂ 'ਤੇ ਤਰਸ ਆਉਂਦਾ ਵੀ ਇਹ ਵੀ ਨਾਮ ਜਪ ਲੈਣ, ਇਹ ਵੀ ਮਾਲਕ ਨੂੰ ਮਿਲ ਲੈਣ, ਮੇਰੇ ਦੋਸਤ ਵੀ ਮਿਲ ਲੈਣ, ਮੇਰੇ ਰਿਸ਼ਤੇਦਾਰ ਵੀ ਮਿਲ ਲੈਣ, ਪਿਆਰ ਵਾਲੇ ਮਿਲ ਲੈਣ। ਲੇਕਿਨ ਉਹਨਾਂ ਦੀ ਰੁਚੀ ਹੋਰ ਪਾਸੇ ਹੁੰਦੀ ਹੈ, ਉਹ ਮਾਇਆ ਦੇ ਵਿੱਚ ਫਸੇ ਹੋਣ ਕਰਕੇ ਉਹਦੀ ਗੱਲ ਨੂੰ ਸੁਣਦੇ ਨਹੀਂ ਅਤੇ ਮਜ਼ਾਕ ਉਡਾਉਂਦੇ ਆ, ਹੱਸ ਪੈਂਦੇ ਨੇ। ਇਹ ਸਾਡੇ ਨਾਲ ਹੁੰਦੀ ਰਹੀ ਹੈ। ਮੈਂ ਜਦੋਂ ਸਿਮਰਨ ਕਰਾਉਣਾ ਕਿਸੇ ਨੂੰ ਵਿਧੀ ਨਾਲ, ਵੀ ਅੱਖਾਂ ਬੰਦ ਕਰੋ ਜੀ, ਇਸ ਤਰ੍ਹਾਂ ਕਰੋ, ਵਾਹ ਗੁਰੂ, ਅਤੇ ਆਪਾਂ ਸੱਚੇ ਮਨੋਂ ਸਿਖਾ ਰਹੇ ਹਾਂ, ਅਤੇ ਜਦੋਂ ਵਿੱਚੋਂ ਮਾਲਕ ਨੇ ਜਨਾਉਣਾ ਵੀ ਦੇਖ ਤਾਂ ਸਹੀ, ਵੀ ਉਦਾਂ ਅੱਖਾਂ ਖੋਲ੍ਹ ਕੇ ਹੱਸੀ ਜਾਂਦਾ, ਹੈ ਨਾ? ਅਤੇ ਜਦੋਂ ਦੇਖਣਾ ਫਿਰ ਮਨ ਨੂੰ ਦੁੱਖ ਲੱਗਣਾ
ਵੀ ਦੇਖੋ ਕਿੱਡਾ ਭੇਦ ਦੇ ਰਹੇ ਹਾਂ ਆਪਾਂ ਉਹਨੂੰ, ਉਹ ਭੇਦ ਹੀ ਨਹੀਂ ਲੈ ਰਿਹਾ ਕਿਉਂਕਿ ਵਸ ਆਉਂਦੇ ਵੀ ਨਹੀਂ। ਪਰ ਗੁਰਮੁਖ ਨੂੰ ਰਹਿਮ ਆਉਂਦਾ, ਕਿਉਂ ਰਹਿਮ ਆਉਂਦਾ? ਇਸ ਲਈ ਰਹਿਮ ਆਉਂਦਾ ਕਿ ਜੇ ਇਹਨੇ ਹੁਣ ਗਿਆਨ ਨਾ ਲਿਆ, ਨਾਮ ਦਾ ਭੇਦ ਨਾ ਲਿਆ, ਤਾਂ ਅੰਤਿਮ ਸਮੇਂ ਜਮ ਬੜੀ ਭੈੜੀ ਹਾਲਤ ਕਰਨਗੇ। ਜਮ ਹੈ ਜੇ ਹੁਣ ਸਾਡੇ ਕੋਈ ਡੰਡਾ ਮਾਰੇ ਇੱਥੇ ਤਕਲੀਫ ਹੁੰਦੀ ਹੈ, ਹੁੰਦੀ ਹੈ ਨਾ, ਆਪਾਂ ਕਹਿੰਦੇ ਹਾਂ ਇਸ ਤਰ੍ਹਾਂ ਕਚੀਸ ਵੱਜਦੇ ਹਾਂ। ਜਦੋਂ ਆਹ ਕੱਪੜਾ ਲਹਿ ਗਿਆ ਉਹਦੇ ਡਾਇਰੈਕਟ ਵੱਜਣੀ ਆ, ਉਦੋਂ ਕਿੰਨੀ ਪੇਨ ਹੋਏਗੀ। ਹਜੇ ਤਾਂ ਕੱਪੜਾ ਚੜਿਆ ਹੋਇਆ ਨਾ ਉੱਤੇ ਚੰਮ ਦਾ, ਮਾਸ ਦਾ, ਇਹ ਸਾਰੀ ਚੀਜ਼ ਨੂੰ ਦੇਖਦਿਆਂ ਹੋਇਆਂ ਮਾਲਕ ਨੇ ਇਹ ਖੇਡ ਰਚਿਆ। ਇਹ ਕੀ ਰਚਿਆ ਜੀ? ਖੇਡ ਰਚਿਆ। ਕਈ ਗੁਰਮੁਖ ਟੈਨਸ਼ਨ ਪਾ ਲੈਂਦੇ ਨੇ, ਕਹਿੰਦੇ ਪਤਾ ਨਹੀਂ ਕੀ ਹੋਏਗਾ, ਕਿਉਂ ਐਂ ਹੋ ਰਿਹਾ, ਘਾਟਾ ਪੈ ਰਿਹਾ, ਕੰਮ ਨਹੀਂ ਚੱਲਦਾ, ਘਰ ਕਲੇਸ਼ ਪੈ ਰਿਹਾ। ਟੈਨਸ਼ਨ ਪਾਉਣ ਦੀ ਬਜਾਏ ਸਿਮਰਨ ਵਧਾਓ, ਟੈਨਸ਼ਨ ਪਾਉਣ ਦੀ ਬਜਾਏ ਸਿਮਰਨ ਵਧਾਓ। ਸਿਮਰਨ 'ਤੇ ਕੋਈ ਪੈਸਾ ਲੱਗਾ? ਕੋਈ ਖਰਚਾ ਤਾਂ ਨਹੀਂ ਆਇਆ? ਰੱਬ ਨੇ ਤਾਂ ਨਹੀਂ ਕਿਹਾ ਵੀ ਲਿਆ ਮੈਨੂੰ ਲੱਖ ਰੁਪਈਆ ਦੇ? ਕੋਈ ਪੈਸਾ ਨਹੀਂ ਲੱਗਾ। ਜੇ ਅਸੀਂ ਸਿਮਰਨ ਵਧਾ ਦਿਆਂਗੇ ਸਾਡੀ ਟੈਨਸ਼ਨ ਦੂਰ ਹੋ ਜਾਏਗੀ। ਕਿਸੇ ਕੋਲ ਜਾਣ ਦੀ ਲੋੜ ਨਹੀਂ ਕਿਸੇ ਵੀ ਕਿਸਮ ਦੀ। ਆਪਾਂ ਗ੍ਰਿਸਤੀ ਹਾਂ, ਬੱਚਿਆਂ ਵਾਲੇ ਹਾਂ, ਧੀਆਂ ਪੁੱਤਾਂ ਵਾਲੇ ਹਾਂ, ਸਾਨੂੰ ਟੈਨਸ਼ਨ ਕਿਸੇ ਨਾ ਕਿਸੇ ਪੱਖ 'ਚੋਂ ਪੈ ਸਕਦੀ ਆ। ਹਰ ਕਦਮ ਦੇ ਉੱਤੇ ਸੰਘਰਸ਼ ਆ, ਹਰ ਕਦਮ 'ਤੇ ਸੰਘਰਸ਼ ਆ, ਟੈਨਸ਼ਨ ਪੈ ਸਕਦੀ ਆ, ਲੇਕਿਨ ਉਹਦਾ ਹੱਲ ਲੈਣ ਵਾਸਤੇ ਤੁਸੀਂ ਸਾਰਾ ਕੰਮ ਛੱਡ ਕੇ ਅੱਧੇ ਘੰਟੇ ਵਾਸਤੇ, 20 ਮਿੰਟ ਵਾਸਤੇ ਨੇਤਰ ਬੰਦ ਕਰਕੇ ਸਿਮਰਨ ਸ਼ੁਰੂ ਕਰ ਦਿਓ। ਵਾਹਿਗੁਰੂ, ਵਾਹਿਗੁਰੂ। ਹਜੇ ਤੁਹਾਨੂੰ 10 ਮਿੰਟ ਨਹੀਂ ਹੋਏ ਹੋਣਗੇ ਸਿਮਰਨ ਕਰਦਿਆਂ ਨੂੰ, ਅਤੇ ਮਾਲਕ ਅੰਦਰੋਂ ਹੀ ਉਹ ਟੈਨਸ਼ਨ ਦਾ ਹੱਲ ਤੁਹਾਡੇ ਸਾਹਮਣੇ ਖੜ੍ਹਾ ਕਰ ਦੇ। ਤੁਹਾਡੇ ਯਾਦ ਚੇਤੇ ਵੀ ਨਹੀਂ ਹੋਏਗਾ ਕਿ ਉਹ ਬੰਦੇ ਦੇ ਉਹ ਬੰਦ ਵਾਕਫੀਅਤ ਵਾਲਾ, ਅਤੇ ਉਹਨੂੰ ਤੁਹਾਡੇ ਸਾਹਮਣੇ ਉਹਦਾ ਚਿਹਰਾ ਲਿਆ ਦੇਗਾ ਵੀ ਇਹਨੂੰ ਮਿਲ, ਇਹ ਉਹ ਕੰਮ ਜਾਣਦਾ ਤੇਰਾ ਕਰਾ ਦੇ। ਟੈਨਸ਼ਨ ਦਾ ਹੱਲ ਹੋ ਗਿਆ, ਆਪਾਂ ਖੁਸ਼ ਉੱਠਦੇ ਹਾਂ। ਇੰਨਾ ਭਰੋਸਾ ਰੱਖਣਾ ਮਾਲਕ 'ਤੇ। ਹੁਣ ਮਹਾਰਾਜ ਨੇ ਬਾਣੀ ਲਿਖਾਈ ਵੀ ਕਾਲ ਨੇ ਟੈਨਸ਼ਨ ਦੇਣੀ ਆ। ਕਿੰਨੇ ਟੈਨਸ਼ਨ ਦੇਣੀ ਆ? ਕਾਲ ਨੇ। ਇਹ ਖੇਡ ਬਣਾਇਆ ਨਾ, ਆਪਣ ਜਾਨ ਇੱਕ ਖੇਲ ਬਣਾਇਆ। ਇਹ ਖੇਡ ਦੇ ਵਿੱਚ ਇੱਕ ਪਾਸੇ ਖਿਡਾਰੀ ਕੌਣ ਆ? ਮਨ। ਦੂਜੇ ਪਾਸੇ ਕੌਣ ਆ? ਕਾਲ। ਕਾਲ ਪੰਜਾਂ ਤੋਂ ਕੰਮ ਲੈਂਦਾ। ਕਾਲ ਕਿੰਨਿਆਂ ਤੋਂ ਕੰਮ ਲੈਂਦਾ ਜੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਕੰਮ ਲੈਂਦਾ। ਦੇਖੋ ਹੁਣ ਧਿਆਨ ਨਾਲ ਸਮਝਣਾ, ਜੋ ਰੱਬ ਆ, ਅਕਾਲ ਪੁਰਖ ਵਾਹਿਗੁਰੂ ਹੈ, ਉਹ ਹੈ ਸੂਖਮ। ਕੀ ਆ ਜੀ? ਉਹ ਹੈ ਪ੍ਰਕਾਸ਼, ਅਚਲ ਮੂਰਤ ਅਨਪਉ ਪ੍ਰਕਾਸ਼ ਸੰਤੋਜ ਕਹੀ ਜੈ। ਜਿਹੜੀ ਆਤਮਾ ਹੈ ਮਾਲਕ ਦਾ ਪਾਰਟ ਹਿੱਸਾ, ਉਹ ਵੀ ਪ੍ਰਕਾਸ਼। ਜਿਹੜਾ ਮਨ ਬੱਚਾ ਹੈ ਉਹ ਵੀ ਪ੍ਰਕਾਸ਼। ਧਰਮ ਰਾਏ ਚਿਤ੍ਰਗੁਪਤ, ਉਹ ਵੀ ਪ੍ਰਕਾਸ਼। ਕਾਲ ਜਿਹੜੇ ਜਮ ਨੇ, ਇਹ ਵੀ ਪ੍ਰਕਾਸ਼। ਹੁਣ ਆਪਾਂ ਵੀ ਕੀ ਹਾਂ? ਮਨ ਪ੍ਰਕਾਸ਼, ਲੇਕਿਨ ਉੱਤੇ ਕੱਪੜਾ ਹੋਰ ਆ। ਪ੍ਰਕਾਸ਼ ਦੇ ਉੱਪਰ ਕਿਸੇ ਦਾ ਸਾਫ਼ ਰੰਗ ਆ, ਕਿਸੇ ਦਾ ਸਾਵਲਾ ਰੰਗ ਆ, ਇਹ ਕੱਪੜਾ। ਇਸੇ ਤਰ੍ਹਾਂ ਜਮ ਹੈ ਪ੍ਰਕਾਸ਼, ਉਹਨਾਂ ਦੇ ਉੱਤੇ ਕੱਪੜਾ ਵੀ ਕਾਲੇ ਰੰਗ ਦਾ, ਠੀਕ ਨਾ ਜੀ? ਜਦੋਂ ਸਾਰਿਆਂ ਨੂੰ ਆਪਣੇ ਸਰੂਪ ਦੀ ਪਹਿਚਾਣ ਹੋਈ, ਫਿਰ ਪਤਾ ਲੱਗੇਗਾ ਵੀ ਅਸੀਂ ਤਾਂ ਸਾਰੇ ਹੀ ਮਾਲਕ ਦੇ ਬੱਚੇ ਹਾਂ। ਏਕ ਪਿਤਾ ਏਕ ਸਕੇ ਹਮ ਬਾਰਕ, ਹਮ ਵੀ ਸਾਰੇ, ਹਮ ਆ ਗਿਆ ਵੀ ਆਪਾਂ ਸਾਰੇ ਇੱਕ ਦੇ, ਮੈਂ ਨਹੀਂ ਤੁਸੀਂ ਵੀ ਸਾਰੇ, ਅਤੇ ਸਾਰੀ ਫੈਮਿਲੀ ਮਾਲਕ ਦੀ, ਜੋ ਸਾਰੀ ਪ੍ਰਕਾਸ਼ ਹੈ, ਅਦਿੱਖ ਹੈ, ਸੂਖਮ ਹੈ। ਹੁਣ ਮਾਲਕ ਨੇ ਦੇਖਿਆ ਕਿ ਕਾਲ ਤੰਗ ਕਰਦਾ, ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਉਹ ਤਰਲੇ ਮਾਰਦਾ, ਕਿਸੇ ਕੋਲ ਜ਼ਮੀਨ ਘੱਟ ਆ ਉਹ ਤਰਲੇ ਮਾਰਦਾ, ਕੋਈ ਬਾਹਰ ਜਾਣ ਦੀ ਇੱਛਾ ਰੱਖਦਾ ਉਹ ਤਰਲੇ ਮਾਰਦਾ। ਹਰ ਇੱਕ ਨੇ ਟੈਨਸ਼ਨ ਆਪਦੇ ਆਪ ਪਾਈ ਹੋਈ ਹੈ। ਇਹ ਨਹੀਂ ਸੋਚਦੇ ਵੀ ਜਿੱਥੇ ਚੋਗ ਖਿਲਾਰੀ ਮਾਲਕ ਨੇ, ਸਮਾਂ ਆਈ ਤਾਂ ਉੱਥੇ ਭੇਜ ਹੀ ਦੇਣਾ। ਸਮਝ ਗਏ ਨਾ? ਜਹਾਂ ਦਾਣੇ ਤਹਾਂ ਖਾਣੇ। ਇਹ ਕੀ ਹੈ? ਨੱਥ। ਕੀ ਹੈ ਜੀ? ਨੱਕ ਦੇ ਵਿੱਚ ਨੱਥ ਪਾਈ ਹੋਈ ਹੈ। ਨੱਕ ਨੱਥ ਖਸਮ ਹੱਥ। ਉਹ ਕਿਹੜੀ ਨੱਥ ਪਾਈ ਹੋਈ ਹੈ? ਪਾਉਣ ਦੀ। ਨੱਕ ਰਾਹੀਂ ਕੀ ਜਾਂਦਾ ਸਾਡੇ ਅੰਦਰ? ਸਾਹ ਜਾਂਦਾ, ਸਾਹ ਨੂੰ ਪਾਉਣ ਕਹਿੰਦੇ ਹਾਂ।
ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹ। ਹੁਣ ਜਿੱਥੇ ਜਿੱਥੇ ਸਾਡੀ ਚੋਗ ਖਿਲਾਰੀ ਆ ਉੱਥੇ ਸਾਡੀ ਕਿਰਤ ਆ। ਕੋਈ ਕਨੇਡਾ ਦੇ ਵਿੱਚ ਖਿਲਾਰੀ ਆ, ਬੱਚੇ ਨੇ ਵਿਧੀ ਦੁਆਰਾ ਉੱਥੇ ਪਹੁੰਚ ਜਾਣਾ, ਉੱਥੇ ਉਹ ਕਿਰਤ ਕਰੇਗਾ ਕਿਉਂਕਿ ਤੁਹਾਡੀ ਉੱਥੇ ਚੋਗ ਆ, ਤੁਸੀਂ ਉੱਥੇ ਤੁਹਾਡਾ ਦਾਣਾ ਪਾਣੀ ਖਾਣਾ ਹੀ ਪੈਣਾ। ਜਿੱਥੇ ਜਿੱਥੇ ਸਾਡਾ ਦਾਣਾ ਪਾਣੀ ਆ, ਵਿਧੀ ਬਣਦੀ ਆ, ਉੱਥੇ ਸਾਨੂੰ ਜਾਣਾ ਹੀ ਪਏਗਾ। ਇਸੇ ਤਰ੍ਹਾਂ ਅੰਤਮ ਸਮਾਂ ਵੀ ਫਿਕਸ ਆ, ਅੰਤਮ ਸਮਾਂ ਕਿਹੜੀ ਜਗ੍ਹਾ 'ਤੇ ਸਾਡਾ ਆਉਣਾ ਹੈ ਉਹ ਜਗ੍ਹਾ ਵੀ ਪਹਿਲਾਂ ਹੀ ਫਿਕਸ ਆ। ਲੇਕਿਨ ਜਦੋਂ ਵਿਧੀ ਬਣਨੀ ਹੈ, ਨੇੜੇ ਆ ਗਿਆ, ਘੁੰਮ ਘੁੰਮਾ ਕੇ ਅਸੀਂ ਉਸ ਜਗ੍ਹਾ 'ਤੇ ਪਹੁੰਚ ਜਾਣਾ ਹੈ, ਉੱਥੇ ਸਾਡਾ ਇਸ ਜ਼ਿੰਦਗੀ ਦਾ ਐਂਡ ਹੋ ਜਾਣਾ, ਇਸ ਜ਼ਿੰਦਗੀ ਦਾ ਐਂਡ ਹੋ ਜਾਣਾ। ਊਂ ਨਹੀਂ, ਮਨ ਨਹੀਂ ਮਰਦਾ, ਮਨ ਤਾਂ ਫਿਰ ਅੱਗੇ ਸਫ਼ਰ 'ਤੇ ਚਲਾ ਜਾਂਦਾ, ਉਹਨੂੰ ਹੋਰ ਜੂਣ ਮਿਲ ਜਾਂਦੀ ਹੈ, ਜਿਹੜੀ ਇੱਛਾ ਲੈ ਕੇ ਜਾਂਦਾ ਉਹ ਆਕਾਰ ਮਿਲ ਜਾਂਦਾ। 84 ਲੱਖ ਜੂਣ ਬਣਾਈ ਮਾਲਕ ਨੇ, 84 ਲੱਖ ਚੈਸੀ ਬਣਾਈ ਆ, ਇੱਛਾ ਦੇ ਮੁਤਾਬਕ ਇੱਕ ਚੈਸੀ 'ਚੋਂ ਕੱਢ ਕੇ ਦੂਸਰੀ ਚੈਸੀ 'ਚ ਭੇਜ ਦਿੱਤਾ ਜਾਂਦਾ। ਕਿਹਨੂੰ? ਮਨ ਨੂੰ। ਦੂਸਰੀ 'ਚੋਂ ਜਿੱਧਰ ਇੱਛਾ ਹੋਏਗੀ ਉਹ ਚੈਸੀ 'ਚ ਭੇਜ ਦਿੱਤਾ ਜਾਏਗਾ। ਫਿਰ ਐਸੀ ਘੁੰਮਣ ਘੇਰੀ ਦੇ ਵਿੱਚ ਮਨ ਫਸ ਜਾਂਦਾ ਹੈ, ਦੁਬਾਰਾ ਫਿਰ ਮਨੁੱਖ ਜਾਮੇ ਲਈ ਤਰਸਦਾ। ਮਹਾਰਾਜ ਦੀ ਗੁਰਬਾਣੀ ਦੇ ਵਿੱਚ ਲਿਖਿਆ ਹੈ, ਕਹਿੰਦੇ ਤ੍ਰੈਗੁਣ ਮਾਇਆ ਬ੍ਰਹਮ ਕੀ ਕਿੰਨੀ, ਤ੍ਰੈਗੁਣ ਮਾਇਆ ਬ੍ਰਹਮ ਕੀ ਕਿੰਨੀ, ਕਹੋ ਕਵਣ ਬਿਦ ਤਰੀਏ ਰੇ, ਘੁੰਮਣ ਘੇਰ ਅਗਾਹ ਗਾਖਰੀ ਗੁਰ ਸ਼ਬਦੀ ਪਾਰ ਉਤਰੀਏ ਰੇ। ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਅਸੀਂ ਪਾਰ ਹੋ ਸਕਦੇ ਹਾਂ ਇਸ ਘੁੰਮਣ ਘੇਰੀ ਦੇ ਵਿੱਚੋਂ। ਇੱਕ ਤਾਂ ਵਿਚਾਰਾਂ ਦੀ ਘੁੰਮਣ ਘੇਰੀ ਹੈ, ਵਿਚਾਰ ਹੀ ਨਹੀਂ ਟਿਕਣ ਦਿੰਦੇ, ਫੁਰਨੇ ਹੀ ਨਹੀਂ ਟਿਕਣ ਦਿੰਦੇ। ਤੁਸੀਂ ਮਾੜਾ ਜਿਹਾ ਪਾਠ ਕਰਨ ਲੱਗਦੇ ਹੋ, ਸਿਮਰਨ 'ਚ ਬੈਠਦੇ ਹੋ, ਮਨ ਇੱਧਰ ਉੱਧਰ ਡਾਰੀਆਂ ਮਾਰਦਾ, ਇੱਕ ਮਨ ਜੂਨਾਂ 'ਚ ਘੁੰਮੀ ਜਾ ਰਿਹਾ। ਇਹ ਘੁੰਮਣ ਘੇਰੀ ਦੇ ਵਿੱਚੋਂ ਨਿਕਲਣ ਦਾ ਹੁਣ ਮੌਕਾ ਹੈ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਮੁਤਾਬਕ ਪ੍ਰੈਕਟੀਕਲ ਕਰ ਲਿਆ, ਅਭਿਆਸ ਕੀਤਾ, ਉਹ ਤਾਂ ਸਮਝ ਲਓ ਵੀ ਇਹਦੇ ਘੁੰਮਣ ਘੇਰੀ ਦੇ ਵਿੱਚੋਂ ਪਾਰ ਹੋਣਾ ਸਿੱਖ ਗਏ। ਉਹਨਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਮੇਰਾ ਅੰਤਮ ਸਮਾਂ ਹੋਏਗਾ, ਆਹ ਨਿਸ਼ਾਨੀ ਹੋਏਗੀ ਕਿ ਮੈਂ ਇੱਥੇ ਧਿਆਨ ਲਾ ਲੈਣਾ ਬਸ। ਨਹੀਂ ਤਾਂ ਕੀ ਹੁੰਦਾ, ਬੱਚੇ ਗਲਤ ਰਾਹ ਪਾ ਦਿੰਦੇ ਆ। ਘਰ ਦੇ ਮੈਂਬਰ, ਗਿਆਨ ਨਹੀਂ ਜਿਨ੍ਹਾਂ ਨੂੰ ਹੁੰਦਾ, ਉਹ ਕਹਿੰਦੇ ਬਾਪੂ ਫਲਾਨਾ ਆਇਆ ਪਛਾਣ, ਹੈ ਨਾ, ਉਹਦਾ ਧਿਆਨ ਜਾਂਦੇ ਜਾਂਦੇ ਤਾਂ ਅਸੀਂ ਰਿਸ਼ਤੇਦਾਰੀਆਂ ਵੱਲ ਲੈ ਜਾਂਦੇ ਹਾਂ, ਉਹਦਾ ਜਾਂਦੇ ਜਾਂਦੇ ਦਾ ਧਿਆਨ ਲੈ ਜਾਂਦੇ ਹਾਂ ਜ਼ਮੀਨਾਂ ਵੱਲ, ਵੀ ਹੁਣ ਜ਼ਮੀਨਾਂ 4 ਕਿੱਲੇ ਬਣੇ ਸੀ ਅਤੇ ਉਹ ਹੋਰ ਜੂਨ 'ਚ ਪਵਾ ਤਾ, ਪੈਸੇ 'ਚ ਧਿਆਨ ਲੈ ਗਏ, ਬੱਚਿਆਂ 'ਚ ਧਿਆਨ ਲੈ ਗਏ, ਸੋਹਣਾ ਘਰ ਕਿਸੇ ਨੇ ਬਣਾ ਲਿਆ, ਉੱਧਰੋਂ ਡੈਥ ਹੋ ਗਈ, ਬੰਦੇ ਆਉਂਦੇ ਨੇ ਡੈਥ ਹੋਣ ਤੋਂ ਪਹਿਲਾਂ ਵੀ ਆਹ ਘਰ ਬਣਾਇਆ ਸੀਗਾ ਅਤੇ ਰਹਿਣ ਦਾ ਮੌਕਾ ਹੀ ਨਹੀਂ ਮਿਲਿਆ, ਉਹਦਾ ਧਿਆਨ ਘਰ 'ਚ ਚਲਾ ਗਿਆ ਅਤੇ ਉਹਨੂੰ ਕਿਹੜੀ ਜੂਨ 'ਚ ਪਵਾ ਤਾ? ਪ੍ਰੇਤ ਦੀ ਜੂਨ 'ਚ ਪਵਾ ਤਾ। ਇਹ ਧਿਆਨ ਦੁਆਰਾ ਕਾਇਆ ਬਦਲਦੀ ਹੈ, ਕਾਇਆ ਮਤਲਬ ਆ ਸਰੀਰ, ਅਤੇ 84 ਲੱਖ ਆਕਾਰ ਨੇ, ਸਰੀਰ ਨੇ, ਕਾਇਆ। ਹੁਣ ਇੱਕ ਨਿੱਕਾ ਜਿਹਾ ਭਰਿੰਡ ਦੀ ਤਰ੍ਹਾਂ ਇੱਕ ਜਾਨਵਰ ਆ, ਉਹਨੂੰ ਕਰਕੇਨ ਕਹਿੰਦੇ ਆ, ਕਰਕੇਨ ਸੁਣ ਦੇਖੀ ਹੋਣੀ ਤੁਸੀਂ, ਮੈਂ ਨਿਸ਼ਾਨੀ ਦੱਸਦਾ, ਉਹ ਬੜੀ ਹੀ ਪਤਲਾ ਜਿਹਾ ਸਰੀਰ ਹੁੰਦਾ ਉਹਦਾ, ਤੋ ਮਿੱਟੀ ਦਾ ਪੈਰਾਂ ਦੇ ਵਿੱਚ ਮਿੱਟੀ ਲਿਆ ਕੇ ਨਾ ਅਤੇ ਗੁੰਦ ਕੇ, ਇੱਥੇ ਮੋਰੀਆਂ ਜਿਹੀਆਂ ਬਣਾਈਆਂ ਹੁੰਦੀਆਂ ਕਈ ਵਾਰੀ ਘਰਾਂ ਦੇ ਵਿੱਚ, ਉਹ ਮਿੱਟੀ ਲਈ ਆਉਂਦੀ ਆ, ਉਹਦੇ 'ਚ ਇੱਕ ਮੋਰੀ ਛੱਡ ਦਿੰਦੀ ਆ, ਉੱਥੋਂ ਫਿਰ ਇੱਕ ਸੁੰਡੀ ਲੈ ਕੇ ਆਉਂਦੀ ਆ, ਉਹ ਹੋਰ ਨਸਲ, ਉਹ ਹੋਰ ਨਸਲ ਦੀ ਆ। ਉਹ ਜਦੋਂ ਸੁੰਡੀ ਲੈ ਕੇ ਆਉਂਦੀ, ਹਰੇ ਜਿਹੇ ਰੰਗ ਦੀ ਸੁੰਡੀ ਪੈਰਾਂ 'ਚ ਫੜ ਕੇ ਲਿਆਉਂਦੀ ਆ, ਉਹ ਸੁੰਡੀ ਨੂੰ ਲਿਆ ਕੇ ਉਹ ਮੂੰਹ ਦੇ ਵਿੱਚ, ਜਿਹੜਾ ਉਹ ਮੋਰੀ ਬਣਾਈ ਹੁੰਦੀ ਹੈ ਮਿੱਟੀ ਦੀ, ਉਹਦੇ ਵਿੱਚ ਪਾ ਦਿੰਦੀ, ਉਹਦਾ ਮੂੰਹ ਬਾਹਰ ਨੂੰ ਕਰ ਦਿੰਦੀ, ਆਪ ਉਹਦੇ ਉੱਤੇ ਐਂ ਬਹਿ ਜਾਂਦੀ ਹੈ। ਉਹ ਸੁੰਡੀ ਦੇ ਵਿੱਚ ਸਹਿਮ ਪੈਦਾ ਹੋ ਜਾਂਦਾ, ਡਰ, ਇਹਨੇ ਮੈਨੂੰ ਹੁਣ ਮਾਰਿਆ, ਇਹਨੇ ਮੈਨੂੰ ਹੁਣ ਮਾਰਿਆ, ਹੁਣ ਮਾਰਿਆ। ਜਦੋਂ ਉਹਨੇ ਦੇਖਿਆ, ਉਹ ਜਿਹੜੀ ਕਰਕੇਨ ਆ ਉਹ ਗ੍ਰਿਸ਼ ਜੀਵਨ ਨਹੀਂ ਅਪਣਾਉਂਦੀ, ਬੜੇ ਧਿਆਨ ਨਾਲ ਸੁਣਨਾ, ਉਹ ਗ੍ਰਿਸ਼ ਨਹੀਂ ਅਪਣਾਉਂਦੀ, ਲੇਕਿਨ ਉਹਦੀ ਅੰਸ਼ ਵੰਸ਼ ਅੱਗੇ ਚੱਲਦੀ ਹੈ। ਉਹ ਕਿਵੇਂ ਚੱਲਦੀ ਹੈ? ਉਹ ਜਦੋਂ ਉਹਨੂੰ ਲੈ ਕੇ ਆਉਂਦੀ ਆ ਅਤੇ ਕੁਝ ਸਮੇਂ ਬਾਅਦ ਉਹ ਮੋਰੀ ਦਾ ਮੂੰਹ ਬੰਦ ਕਰ ਦਿੰਦੀ ਹੈ, ਸੁੰਡੀ ਅੰਦਰ ਰਹਿ ਜਾਂਦੀ। ਉਹਦੇ ਸੁੰਡੀ ਦੇ ਮਨ ਦੇ ਵਿੱਚ ਕਰਕੇਨ ਦਾ ਆਕਾਰ ਵਸ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਸੁੰਡੀ ਦਾ ਆਕਾਰ ਲੈ ਜਾਂਦਾ
ਅਤੇ ਉਹ ਕਰਕੇਨ ਦੀ ਬੋਡੀ ਬਣਦੀ ਆ ਅਤੇ ਕਰਕੇਨ ਅੰਦਰੋਂ ਫਿਰ ਮਿੱਟੀ ਚੜ੍ਹਦੀ ਆ, ਨਵਾਂ ਬੱਚਾ ਜਿਹੜਾ ਹੁੰਦਾ ਅਤੇ ਉਹ ਮੂੰਹ ਖੋਲ੍ਹਦਾ, ਅਡਾਰੀ ਮਾਰਦਾ, ਚਲਾ ਗਿਆ। ਫਿਰ ਉਹ ਜਦੋਂ ਜੋਬਨ 'ਤੇ ਆਉਂਦੀ ਆ, ਉਹ ਫਿਰ ਮਿੱਟੀ ਲਿਆਉਂਦੀ ਆ ਨਵਾਂ, ਉਹ ਬਣਾਈ ਜਾਂਦੀ, ਮੋਰੀਆਂ ਬਣਾਈ ਜਾਂਦੀ, ਸੁੰਡੀਆਂ ਲਿਆ ਲਿਆ ਪਾਈ ਜਾਂਦੀ, ਸਮੇਂ ਦੇ ਹਿਸਾਬ ਨਾਲ ਧਿਆਨ ਲਾਈ ਰੱਖਦੀ, ਉੱਤੋਂ ਮੂੰਹ ਬੰਦ ਕਰ ਦਿੰਦੀ। ਉਹ ਕਿਹਦੇ ਦੁਆਰਾ ਕਾਇਮ ਬਦਲੀ? ਧਿਆਨ ਦੁਆਰਾ, ਕਿਉਂਕਿ ਉਹਨੇ ਉੱਤੇ ਧਿਆਨ ਲਾ ਲਿਆ। ਸਮਝ ਲੱਗੀ ਜੀ? ਧਿਆਨ ਦੁਆਰਾ ਕਾਇਮ ਬਦਲਦੀ ਹੈ। ਜੇ ਹੁਣ ਸਾਡਾ ਧਿਆਨ ਜ਼ਿਆਦਾ ਪੈਸੇ ਵਿੱਚ ਹੋਏਗਾ, ਸਾਡਾ ਮਨ ਉਹੀ ਹੋਏਗਾ, ਜੋਤ ਉਹੀ ਹੋਏਗੀ, ਲੇਕਿਨ ਅਗਲਾ ਆਕਾਰ ਕਿਹੜਾ ਮਿਲੇਗਾ? ਸੱਪ ਦਾ। ਕਿਹੜੀ ਚੈਸੀ ਮਿਲੇਗੀ ਜੀ? ਸੱਪ ਦੀ। ਹੁਣ ਸੋਚੋ ਆਪਾਂ ਸੱਪ ਦਾ ਸਰੀਰ ਲੈਣਾ ਚਾਹਾਂਗੇ? ਨਹੀਂ ਨਾ। ਫਿਰ ਜੇ ਸੋਹਣਾ ਘਰ ਬਣਾ ਲਿਆ ਕਿਸੇ ਨੇ, ਉਹਦੇ 'ਚ ਧਿਆਨ ਜ਼ਿਆਦਾ ਰਿਹਾ ਅਤੇ ਪ੍ਰੇਤ ਦੀ ਜੂਨ ਮਿਲ ਗਈ। ਜੇ ਬੱਚਿਆਂ ਬਾਰੇ ਜ਼ਿਆਦਾ ਸੋਚਦੇ ਰਹੇ, ਬੱਚੇ ਬੱਚੇ, ਹਾਏ ਬੱਚੇ, ਹਾਏ ਬੱਚੇ, ਬੱਚੇ ਕੀ ਕਰਨਗੇ, ਤਾਂ ਕਿਹੜੀ ਜੂਨ ਮਿਲੇਗੀ? ਸੂਰ ਦੀ। ਹੁਣ ਇਹਨਾਂ ਗਲਤ ਜੂਨਾਂ 'ਚ ਜਾਣਾ ਚਾਹਾਂਗੇ? ਪਰ ਮਾਲਕ ਨੇ ਬਣਾਈਆਂ, ਆਪਾਂ ਵੈਸੇ ਗਲਤ ਕਹਿਦਾ ਹੈ ਤਾਂ ਸਾਰੀਆਂ ਹੀ ਚੰਗੀਆਂ ਨੇ, ਅਤੇ ਲੇਕਿਨ ਜੇ ਆਪਾਂ ਚਾਹੁੰਦੇ ਹਾਂ ਵੀ ਮੈਂ ਇਹਨਾਂ ਜੂਨਾਂ 'ਚ ਨਹੀਂ ਜਾਣਾ ਚਾਹੁੰਦਾ, ਮੈਂ ਮਾਲਕ ਦੇ ਵਿੱਚ ਸਮਾਉਣਾ ਚਾਹੁੰਦਾ, ਮਾਲਕ ਵਰਗਾ ਹੀ ਬਣਨਾ ਚਾਹੁੰਦਾ, ਫਿਰ ਹੁਣ ਤੋਂ ਮਾਲਕ ਦਾ ਧਿਆਨ ਲਾਉਣਾ ਸਿੱਖੋ। ਹੁਣ ਤੋਂ ਕਿਸੇ ਗੁਰਮੁਖ ਦੇ ਰਾਹੀਂ ਮਾਲਕ ਦੀ ਪਹਿਚਾਣ ਕਰਾ ਲਓ, ਉਹ ਤੁਹਾਨੂੰ ਦਿਖਾ ਦੇਵੇ, ਉਸ ਤੋਂ ਬਾਅਦ ਆਪਦੇ ਮਾਲਕ ਨੂੰ ਆਪਦੀਆਂ ਅੱਖਾਂ ਦੇ ਵਿੱਚ ਵਸਾਉਣਾ ਸ਼ੁਰੂ ਕਰ ਦਿਓ। ਜਦੋਂ ਕਿਤੇ ਅੰਤਿਮ ਸਮਾਂ ਆਇਆ, ਹੈ ਨਾ, ਆਹ ਕੱਪੜਾ ਲਾਉਣਾ ਪਿਆ, ਆਹ ਆਕਾਰ ਲਾਉਣਾ ਪਿਆ, ਸਿੱਧੇ ਮਾਲਕ ਦੇ ਕੋਲ ਚਲੇ ਜਾਓਗੇ। ਉਹ ਨਿਸ਼ਾਨੀਆਂ ਨੇ, ਉਹ ਨਿਸ਼ਾਨੀਆਂ ਤੁਹਾਨੂੰ ਸਾਰਿਆਂ ਨੂੰ ਪਤਾ, ਜਿਹੜੇ ਸੰਗਤ ਲਗਾਤਾਰ ਕਰਦੇ ਉਹਨਾਂ ਨੂੰ ਪਤਾ ਕੀ ਨਿਸ਼ਾਨੀ ਹੋਏਗੀ। ਅਨਹਦ ਵਾਜੇ ਪਹਿਲਾਂ ਹੀ ਤੁਹਾਨੂੰ ਸੁਣਨ ਲੱਗ ਜਾਣਗੇ, ਕੰਨਾਂ ਦੇ ਵਿੱਚ ਟਿਊਨ ਦੀ ਤਰ੍ਹਾਂ ਸਾਜ਼ਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਏਗੀ। ਜਿਵੇਂ ਤਬਲਾ ਵੱਜਦਾ, ਸੰਖ ਵੱਜਦਾ, ਰਬਾਬ ਵੱਜਦੀ ਹੈ, ਬੰਸਰੀ ਵੱਜਦੀ ਹੈ, ਘੁੰਗਰੂ ਛਣਕਦੇ ਨੇ, ਇਸ ਤਰ੍ਹਾਂ ਦੀਆਂ ਆਵਾਜ਼ਾਂ ਤੁਹਾਡੇ ਕੰਨਾਂ ਦੇ ਵਿੱਚ ਸੁਣਾਈ ਦੇਣ ਲੱਗ ਜਾਣਗੀਆਂ। ਇਹ ਨਿਸ਼ਾਨੀ ਹੈ ਮਾਲਕ ਦੇ ਘਰ ਦੀ, ਠੀਕ ਹੈ। ਫਿਰ ਜਿਨ੍ਹਾਂ ਨੇ ਅੱਗੇ ਮਾਲਕ ਦੇਖ ਲਿਆ, ਉਹਨਾਂ ਨੇ ਸਿੱਧਾ ਹੀ ਪ੍ਰਕਾਸ਼ ਵਿੱਚ ਧਿਆਨ ਲਾ ਕੇ ਅਤੇ ਸਿੱਧੇ ਹੀ ਚਲੇ ਜਾਣਾ ਹੁੰਦਾ, ਇਹ ਵੀ ਛੋੜ ਦਿੱਤੀ ਹੋਈ ਆਪਾਂ ਨੂੰ। ਇਹ ਸਾਡੇ ਪਿਆਰ 'ਤੇ ਡਿਪੈਂਡ ਕਰਦਾ। ਇਹ ਕਿੱਥੇ ਡਿਪੈਂਡ ਕਰਦਾ? ਅਸੀਂ ਰੱਬ ਨੂੰ ਖਿਡਾਉਣਾ ਨਹੀਂ ਸਮਝਣਾ, ਲੋਗਣ ਰਾਮ ਖਿਲੋਣਾ ਜਾਣਾ ਨਾ। ਰੱਬ ਰੱਬ ਹੀ ਹੈ, ਬਹੁਤ ਵੱਡੀ ਪਾਵਰ ਆ, ਦੁਨੀਆ ਬਣਾਉਣ ਵਾਲਾ, ਉਹਨੂੰ ਲੋਕ ਖਿਡਾਉਣਾ ਸਮਝਦੇ ਆ, ਉਹਦੀ ਸਹੁੰ ਖਾ ਲੈਂਦੇ ਆ, ਫਿਰ ਮੁੱਕਰ ਜਾਂਦੇ ਆ। ਮੈਨੂੰ ਰੱਬ ਦੀ ਸਹੁੰ, ਮੈਂ ਨਹੀਂ ਆ ਚੱਕਿਆ ਸਮਾਨ, ਹੈ ਨਾ, ਅਤੇ ਕਿਉਂਕਿ ਖਿਡਾਉਣਾ ਸਮਝ ਲਿਆ ਤਾਂ ਹੀ ਸਹੁੰ ਖਾ ਲਈ ਨਾ। ਅਤੇ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਮਾਲਕ ਮਾਲਕ ਹੀ ਆ, ਅਤੇ ਉਹ ਮਾਲਕ ਦੀ ਸਹੁੰ ਨਹੀਂ ਖਾਂਦੇ, ਉਹ ਸੱਚ ਬੋਲਦੇ ਨੇ, ਉਹ ਡਰਦੇ ਨਹੀਂ, ਉਹ ਕਹਿੰਦੇ ਵੀ ਆਹ ਗੱਲ ਐਂ ਨਹੀਂ ਆਏ ਬਸ। ਔਰ ਮਾਲਕ ਨਾਲ ਕੀ ਕਰਦੇ? ਪਿਆਰ ਪਾਉਂਦੇ ਨੇ, ਪਿਆਰ ਦੇ ਵਿੱਚ ਬਰਾਗ ਵਿੱਚ ਜਾਂਦੇ ਨੇ। ਬਰਾਗ ਵੀ ਆਉਂਦਾ ਜੀ ਜਦੋਂ ਪਿਆਰ ਆਉਂਦਾ। ਜਿਹਦੇ ਨਾਲ ਆਪਣੀ ਲਿਹਾਜ਼ ਨਹੀਂ, ਉਹਨਾਂ ਦੇ ਕੋਈ ਗੱਲਬਾਤ ਹੋ ਜੇ, ਆਪਾਂ ਕਦੀ ਰੋਏ ਜੀ? ਜਿਹਦੇ ਨਾਲ ਆਪਣਾ ਜ਼ਿਆਦਾ ਪਿਆਰ ਆ, ਜੇ ਉਹਦੇ ਕੋਈ ਗੱਲਬਾਤ ਹੋ ਜੇ ਤਾਂ ਆਪਣੀ ਅੱਖਾਂ 'ਚ ਪਾਣੀ ਆ ਜਾਂਦਾ, ਕਿਉਂਕਿ ਪਿਆਰ ਆ ਨਾ, ਪਿਆਰ ਪੈ ਗਿਆ। ਅਤੇ ਹੁਣ ਜੇ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਪਿਆਰ ਪਏਗਾ ਤਾਂ ਕਿਤੇ ਨਾ ਕਿਤੇ ਬਰਾਗ ਵੀ ਆਏਗਾ, ਕਿਤੇ ਨਾ ਕਿਤੇ ਅੰਦਰੋਂ ਆਵਾਜ਼ ਆਏਗੀ, ਬਾਪੂ ਕੀ ਕਮੀ ਰਹਿ ਗਈ ਮੇਰੇ 'ਚ, ਤੂੰ ਕਿਉਂ ਨਹੀਂ ਮਿਲਦਾ, ਕਰਦੇ ਕਿਰਪਾ, ਸਵਾਸ ਖਤਮ ਹੋਈ ਜਾ ਰਹੇ ਨੇ, ਛੇਤੀ ਦਰਸ਼ਨ ਦੇ ਦੇ। ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਦੇ, ਵੀ ਇੱਕ ਛਿੰਨੀ ਦਰਸ਼ਨ ਦੇ ਦੇ, ਥੋੜ੍ਹੀ ਜਿਹੀ ਕਿਰਪਾ ਕਰਦੇ, ਮੈਨੂੰ ਨਾਮ ਦੇ ਦੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ। ਸੱਚੇ ਪਾਤਸ਼ਾਹ ਥੋੜ੍ਹੀ ਜਿਹੀ ਕਿਰਪਾ ਕਰ, ਇੱਕ ਵਾਰੀ ਝਲਕ ਤਾਂ ਦਿਖਾ ਦੇ, ਇੱਕ ਵਾਰੀ ਝਲਕ ਤਾਂ ਦਿਖਾ ਵੀ ਮੈਂ ਹੈਗਾ। ਅਤੇ ਕਈਆਂ ਬੱਚਿਆਂ ਨੂੰ ਉਹਨੇ ਨੇੜੇ ਲਾਉਂਦਾ ਹੁੰਦਾ, ਫਿਰ ਉਹ ਝਲਕ ਦਿਖਾਉਂਦਾ, ਪੁੱਤ ਆ ਦੇਖ ਮੈਂ ਇਹ ਜਿਹਾ, ਮੇਰਾ ਕੋਈ ਰੂਪ ਰੰਗ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕੇ ਛਿਤਰੈ ਗੁਣ ਤੇ ਪ੍ਰਭ ਭਿੰਨ ਤਿਸੇ ਬਜਾਏ, ਨਾਨਕਾ ਜੇ ਸੋਵੇ ਸੋ ਪ੍ਰਸੰਨ। ਮੈਂ ਪੁੱਤ ਪ੍ਰਕਾਸ਼ ਹਾਂ, ਜੇ ਤੈਨੂੰ ਨਹੀਂ ਪਤਾ ਨਾ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਚਲਾ ਜਾ, ਉੱਥੇ ਤੁਹਾਨੂੰ ਗੁਰਮੁਖ ਮਿਲ ਜਾਣਗੇ, ਜਿਹੜੇ ਆਪਦੀ ਡਿਊਟੀ ਸਮਝ ਕੇ ਤੁਹਾਨੂੰ ਦੱਸਣਗੇ, ਕਿਉਂਕਿ ਤੁਸੀਂ ਮੰਸ਼ਾ ਲੈ ਕੇ ਆਏ ਹੋ,
ਮਨਸਾ ਧਾਰ ਜੋ ਘਰ 'ਤੇ ਆਇਆ, ਮਨਸਾ ਧਾਰ ਜੋ ਘਰ 'ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟ ਤਾਂ ਗੁਰਦਰ ਸਾਹਿਬ ਜੀ, ਉਹ ਤੁਹਾਡੀ ਭੇਟ ਹੋ ਜਾਏਗੀ, ਮੁਲਾਕਾਤ ਹੋ ਜਾਏਗੀ, ਉਹ ਤੁਹਾਨੂੰ ਦਿਖਾ ਦੇਣਗੇ ਵੀ ਆਹ ਦੇਖੋ ਰੱਬ, ਆਹ ਮਾਲਕ ਦਾ ਆਪਣੇ ਪਿਤਾ ਦਾ ਸਰੂਪ, ਆਹ ਹੈ ਸਾਡਾ ਮੂਲ ਜਿਹਦੇ ਤੋਂ ਆਪਾਂ ਸਾਰੇ ਪੈਦਾ ਹੋਏ ਹਾਂ, ਜਿਹਦੇ ਤੋਂ ਸੂਰਜ ਬਣਿਆ, ਜਿਹਦੇ ਤੋਂ ਚੰਦਰਮਾ ਬਣਿਆ, ਜਿਹਦੇ ਤੋਂ ਤਾਰੇ ਬਣੇ, ਜਿਹਦੇ ਤੋਂ ਆਕਾਸ਼ ਬਣਿਆ, ਜਿਹਦੇ ਤੋਂ ਪਤਾਲ ਬਣਿਆ, ਜਿਹਦੇ ਤੋਂ ਪਹਾੜ ਬਣੇ, ਦਰਖਤ ਬਣੇ, ਆਪਾਂ ਬਣੇ, ਆਹ ਹੈ ਆਪਣਾ ਮੂਲ। ਅਤੇ ਜਦੋਂ ਫਿਰ ਮੂਲ ਨੂੰ ਦੇਖਦੇ ਹਾਂ ਅਤੇ ਮਹਾਰਾਜ ਦੀ ਬਾਣੀ ਨਾਲ ਜਦੋਂ ਮਿਲਾਉਂਦੇ ਹਾਂ ਵੀ ਮਹਾਰਾਜ ਤੇਰੇ ਨਾਲੋਂ ਵਿਛੜਿਆਂ ਨੂੰ ਸਾਨੂੰ 3 ਯੁੱਗ ਬੀਤ ਗਏ, 4th ਯੁੱਗ ਲੱਗ ਗਿਆ, ਫਿਰ ਕੀ ਕਹਿੰਦੇ ਹਾਂ? ਫਿਰ ਅੰਦਰੋਂ ਆਵਾਜ਼ ਆਉਂਦੀ ਹੈ, ਕਹਿੰਦੇ ਸੱਚੇ ਪਾਤਸ਼ਾਹ ਹੁਣ ਪਿਛਲੇ ਔਗਣ ਬਖਸ਼ ਲੈ, ਪ੍ਰਭ ਅੱਗੇ ਮਾਰਗ, ਵੀ ਸੱਚੇ ਪਾਤਸ਼ਾਹ ਹੁਣ ਅੱਗੇ ਮੈਨੂੰ ਹੋਰ ਲੈ ਕੇ ਜਾ, ਪਿਛਲਾ ਬਖਸ਼ ਦੇ। ਉਹ ਬੜਾ ਦਿਆਲੂ ਆ ਜੀ, ਬੜਾ ਹੀ ਕਿਰਪਾਲੂ ਆ, ਉਹ ਤਾਂ ਹਮੇਸ਼ਾ ਹੀ ਦਿਆਲਤਾ ਦੇ ਘਰ ਵਿੱਚ ਰਹਿੰਦਾ। ਸਾਨੂੰ ਡਰਾਇਆ ਗਿਆ, ਐਵੇਂ ਕਈ ਲੋਕ ਡਰਾਈ ਜਾਂਦੇ ਇੱਕ ਦੂਸਰੇ ਨੂੰ, ਤੁਸੀਂ ਉਹਨੂੰ ਪਿਆਰ ਕਰੋ ਅਤੇ ਉਹ ਸਾਡੇ ਪਿਛਲੇ ਸਾਰਿਆਂ 'ਤੇ ਕਾਂਟਾ ਮਾਰ ਦਿੰਦਾ। ਜਦੋਂ ਉਹਨੂੰ ਉਹਨੇ ਮਿਹਨਤ ਨਾਲ ਨਹੀਂ ਮਿਲਣਾ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਤੁਹਾਡੇ ਅੰਦਰ ਪਿਆਰ ਹੋਣਾ ਚਾਹੀਦਾ, ਉਹਨੂੰ ਮਿਲਣ ਦੀ ਤੜਫ ਹੋਣੀ ਚਾਹੀਦੀ, ਅਤੇ ਫਿਰ ਉਹ ਅਚਾਨਕ ਮਿਲ ਜਾਂਦਾ ਆ ਕੇ। ਇਸ ਤਰ੍ਹਾਂ ਆਪਾਂ ਵੀ ਮਾਲਕ ਦੇ ਨਾਲ ਪਿਆਰ ਕਰੀਏ, ਊਂ ਆਪਾਂ ਮਿਹਨਤ ਤਾਂ ਕਰਨੀ ਆ, ਅਭਿਆਸ ਕਰਨਾ, ਰਸਨਾ ਨੂੰ ਜਪਣ ਲਾਉਣਾ, ਪਾਉਣ ਦਾ ਸੰਤੁਲਨ ਠੀਕ ਕਰਨਾ, ਚੰਦ ਸੂਰਜ ਦਾ ਸੰਤੁਲਨ ਵਿਗੜਿਆ ਹੋਇਆ ਠੀਕ ਕਰਨਾ। ਹੁਣ ਚੰਦ ਸੂਰਜ ਕੌਣ ਨੇ? ਬਾਹਰ ਤਾਂ ਹੈਗੇ ਨੇ, ਸਵੇਰੇ ਸੂਰਜ ਚੜ੍ਹਦਾ, ਸ਼ਾਮ ਨੂੰ ਚੰਦਰਮਾ ਚੜ੍ਹਦਾ। ਸਾਡੇ ਸਰੀਰ ਵਿੱਚ ਚੰਦ ਅਤੇ ਸੂਰਜ ਕੌਣ ਨੇ? ਸਾਡੇ ਸਰੀਰ ਦੇ ਵਿੱਚ ਖੱਬੀ ਅੱਖ ਜਿਹੜੀ ਹੈ ਚੰਦਰਮਾ ਹੈ, ਸੱਜੀ ਸੂਰਜ, ਇਹ ਦੋਨੇ ਜੋਤ ਸਰੂਪ ਨੇ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ, ਕਰੋ ਰੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਤਰ ਧਰਿਆ ਪਸਾਰ। ਇਹ ਦੋਨਾਂ ਅੱਖਾਂ ਦਾ, ਚੰਦ ਸੂਰਜ ਦਾ ਸੰਤੁਲਨ ਵਿਗੜ ਗਿਆ। ਕਿਵੇਂ ਵਿਗੜਿਆ? ਇੱਕ ਅੱਖ 'ਚੋਂ ਜ਼ਿਆਦਾ ਦਿਸਦਾ, ਇੱਕ 'ਚੋਂ ਘੱਟ ਦਿਸਦਾ, ਬਸ ਸੰਤੁਲਨ ਵਿਗੜ ਗਿਆ। ਇੱਕ 'ਚੋਂ ਜ਼ਿਆਦਾ ਦਿਖਦਾ, ਇੱਕ 'ਚੋਂ, ਹੁਣ ਕਿਹੜੀ 'ਚੋਂ ਜ਼ਿਆਦਾ ਦਿਸਦਾ? ਆਮ ਤੌਰ 'ਤੇ ਸੱਜੀ 'ਚੋਂ ਜ਼ਿਆਦਾ ਦਿਖਦਾ। ਆਮ ਤੌਰ 'ਤੇ ਤੁਸੀਂ ਦੇਖਿਓ ਗੌਰ ਨਾਲ, ਕਿਤੇ ਐਂ ਬੈਠੇ ਹੋਗੇ, ਤੁਹਾਡੀ ਸੱਜੀ ਅੱਖ ਦਾ ਇਸਤੇਮਾਲ ਜ਼ਿਆਦਾ ਹੋ ਰਿਹਾ ਹੋਏਗਾ, ਅਤੇ ਅਸੀਂ ਖੱਬੀ ਦਾ ਇਸਤੇਮਾਲ ਥੋੜ੍ਹਾ ਜਿਹਾ ਕਰਨਾ ਸ਼ੁਰੂ ਕਰ ਦੇਣਾ ਜ਼ਿਆਦਾ, ਅਤੇ ਉਹ ਬੈਲੈਂਸ ਬਣ ਜਾਏਗਾ, ਠੀਕ ਹੈ ਨਹੀਂ? ਇਹ ਚੰਦ ਸੂਰਜ ਦਾ ਸੰਤੁਲਨ ਵਿਗੜ ਜਾਂਦਾ। ਫਿਰ ਦੂਸਰੇ ਨੰਬਰ 'ਤੇ ਸੰਤੁਲਨ ਕਿਹਦਾ ਵਿਗੜਦਾ? ਪੌਣ ਦਾ। ਪੌਣ ਮੀਨ ਜੋ ਅਸੀਂ ਸਾਹ ਲੈ ਰਹੇ ਹਾਂ, ਇੱਕ ਨੱਕ 'ਚੋਂ ਸਾਹ ਜ਼ਿਆਦਾ ਆ ਰਿਹਾ, ਇੱਕ 'ਚੋਂ ਘੱਟ ਆ ਰਿਹਾ, ਇਹ ਸੰਤੁਲਨ ਵਿਗੜਿਆ। ਤੁਸੀਂ ਚੰਦ ਪੌਣ ਦਾ ਸੰਤੁਲਨ ਠੀਕ ਕਰ ਲਓ ਪਹਿਲਾਂ, ਫਿਰ ਉਸ ਤੋਂ ਬਾਅਦ ਚੰਦ ਸੂਰਜ ਦਾ ਸੰਤੁਲਨ ਠੀਕ ਕਰ ਲਓ, ਅਤੇ ਮਾਲਕ ਤੁਹਾਡੇ ਸਾਹਮਣੇ ਆ। ਉੱਧਰੋਂ ਪਹਿਲਾਂ ਸੰਤੁਲਨ ਵਿਗੜ ਗਿਆ ਚੰਦ ਸੂਰਜ ਦਾ ਅਤੇ ਪੌਣ ਦਾ, ਇੱਧਰੋਂ ਜਾਂਦੇ ਹਾਂ ਪਹਿਲਾਂ ਪੌਣ ਦਾ ਸੰਤੁਲਨ ਠੀਕ ਕਰੋ, ਫਿਰ ਚੰਦ ਸੂਰਜ ਦਾ ਠੀਕ ਕਰੋ। ਗੁਰਬਾਣੀ 'ਚ ਲਿਖਿਆ, ਕਹਿੰਦੇ ਈੜਾ ਪਿੰਗਲਾ ਸੁਖਮਣਾ, 3 ਨਾੜੀਆਂ ਦੇ ਨਾਂ ਨੇ, ਈੜਾ ਪਿੰਗਲਾ ਸੈਂਟਰ 'ਚ ਸੁਖਮਣਾ, ਕਹਿੰਦੇ ਇਹਨਾਂ ਦਾ ਸੰਤੁਲਨ ਠੀਕ ਕਰੋ। ਈੜਾ ਪਿੰਗਲਾ ਔਰ ਸੁਖਮਣਾ 3 ਬਸੇ ਇੱਕ ਠਾਈ, ਵੀ ਕਿ ਇੱਕ ਜਗ੍ਹਾ 'ਤੇ 3 ਇਕੱਠੀਆਂ ਹੁੰਦੀਆਂ ਨੇ, ਕਿੱਥੇ? ਇੱਥੇ 3 ਬਸੇ ਇੱਕ ਠਾਈ, ਬੇਣੀ ਸੰਗਮ ਤੈ ਪ੍ਰਾਗ ਮਨ ਮੰਜਨ ਕਰੇ ਥਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ। ਇੱਥੇ ਇਕੱਠੀਆਂ ਹੁੰਦੀਆਂ ਨੇ, ਇਦੂ ਤਹਾਂ ਤਹਾਂ ਉੱਪਰ ਨੂੰ, ਇੱਥੇ ਇੱਥੇ ਮਾਲਕ ਨਾਮ ਆ। ਫਿਰ ਹੋਰ ਵੀ ਦੱਸਿਆ ਗਿਆ, ਕਹਿੰਦੇ ਈੜਾ ਪਿੰਗਲਾ ਔਰ ਸੁਖਮਣਾ, ਪੌਣੇ ਬੰਦ ਰਹਾਓਗੋ, ਪੌਣੇ ਬੰਦ ਮਤਲਬ ਕਿ ਪੌਣ ਰੋਕ ਲਓ, ਸਾਹ ਰੋਕ ਲਓ ਇੱਥੇ। ਈੜਾ ਪਿੰਗਲਾ ਔਰ ਸੁਖਮਣਾ, ਪੌਣੇ ਬੰਦ ਰਹਾਓਗੋ, ਚੰਦ ਸੂਰਜ ਦੋਏ ਸਮਕਰ ਰੱਖੋ, ਸੈਂਟਰ 'ਚ ਲਿਆਓ, ਜ਼ੋਰ ਨਹੀਂ ਲਾਉਣਾ, ਸਮਕਰ ਰੱਖੋ, ਬ੍ਰਹਮ ਜੋਤ ਮਿਲ ਜਾਓਗੋ, ਇੱਥੇ ਬ੍ਰਹਮ ਜੋਤ ਦੇ ਮਾਲਕ ਦੇ ਦਰਸ਼ਨ ਹੋ ਜਾਣਗੇ। ਇਹ ਪ੍ਰੈਕਟੀਕਲ ਕਰਕੇ ਆਪਾਂ ਜਾ ਸਕਦੇ ਹਾਂ।
ਸਿੱਧਾ ਵੀ ਮਾਲਕ ਜਣਾ ਦਿੰਦਾ। ਕਈਆਂ ਬੱਚਿਆਂ ਨੇ ਮਿਹਨਤ ਨਹੀਂ ਕੀਤੀ ਹੁੰਦੀ, ਪਹਿਲਾਂ ਅਭਿਆਸ ਨਹੀਂ ਕੀਤਾ ਹੁੰਦਾ, ਅਚਾਨਕ ਹੀ ਮਾਲਕ ਥੋੜ੍ਹਾ ਜਿਹਾ ਉਹਨਾਂ ਨੂੰ ਝਲਕ ਦਿਖਾ ਦਿੰਦਾ, ਫਿਰ ਬਾਅਦ ਵਿੱਚ ਉਹ ਚਿਣਕ ਲੱਗ ਜਾਂਦੀ ਹੈ। ਫਿਰ ਉਹ ਕਹਿੰਦਾ ਵੀ ਮੈਨੂੰ ਤਾਂ ਉਹੀ ਸੀਨ ਚਾਹੀਦਾ, ਮੈਂ ਨਹੀਂ ਹੁਣ ਰਹਿ ਸਕਦਾ, ਉਹ ਉਹਦੇ ਮਿਲੇ ਬਿਨਾਂ ਰਹਿ ਨਹੀਂ ਸਕਦਾ, ਕਿਉਂਕਿ ਉਹ ਆਨੰਦ ਵੱਖਰਾ, ਉਹ ਬਹੁਤ ਵਧੀਆ ਆਨੰਦ ਆ। ਵੈਸੇ ਗੱਲਾਂ ਬਾਤਾਂ 'ਚ ਤਾਂ ਸਾਰੇ ਕਹਿ ਦਿੰਦੇ ਬੜਾ ਆਨੰਦ ਆ ਜੀ, ਬੜਾ ਆਨੰਦ ਆ, ਅਸਲੀ ਆਨੰਦ ਤਾਂ ਗੁਰੂ ਤੋਂ ਜਾਣਿਆ ਜਾਂਦਾ, ਆਨੰਦ ਆਨੰਦ ਸਭ ਕੁਝ ਕਹੇ ਆਨੰਦ ਗੁਰੂ 'ਤੇ ਜਾਣਿਆ, ਕਿਉਂਕਿ ਗੁਰੂ ਨੇ ਕੋਲ ਬਹਾ ਕੇ ਯੁਗਤੀ ਵਿਧੀ ਤਰੀਕਾ ਢੰਗ ਦੱਸ ਦੇਣਾ ਵੀ ਐਂ ਦੇਖ, ਜਦੋਂ ਐਂ ਦੇਖੇਗਾ ਚੰਦ ਸੂਰਜ ਬਰਾਬਰ ਹੋ ਜਾਣਗੇ। ਹੁਣ ਗੁਰਮੁਖ ਪਿਆਰਿਓ, ਮਹਾਰਾਜ ਜੀ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਭਗਤਾਂ ਦੇ ਰਾਹੀਂ, ਗੁਰੂ ਸਾਹਿਬਾਨ ਜੀ ਦੇ ਰਾਹੀਂ ਬਹੁਤ ਵੱਡਾ ਇੱਕ ਸਮੁੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਸਾਨੂੰ ਦੇ ਦਿੱਤਾ। ਹੁਣ ਹਰ ਇੱਕ ਬਾਣੀ ਸਮਝਣੀ ਵੀ ਨਹੀਂ ਚਾਹੁੰਦਾ, ਜੇ ਕੋਈ ਥੋੜ੍ਹੀ ਬਹੁਤ ਸਮਝਣੀ ਚਾਹੁੰਦਾ ਤਾਂ ਉਹ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ, ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ ਉਹ ਕਹਿੰਦਾ ਵੀ ਮੈਨੂੰ ਪਤਾ ਤੈਨੂੰ ਪਤਾ ਹੀ ਨਹੀਂ, ਆਪਾਂ ਕਿਸੇ ਨੂੰ ਨੀਵਾਂ ਨਹੀਂ ਦਿਖਾਉਣਾ, ਸਾਡਾ ਮਕਸਦ ਆ ਮਾਲਕ ਨੂੰ ਮਿਲਣਾ, ਅਸੀਂ ਕੀ ਲੈਣਾ ਬਾਈ, ਸਾਰੇ ਮਾਲਕ ਦੇ ਬੱਚੇ ਆ। ਜੇ ਕੋਈ ਗੁਰਮੁਖ ਵਿਚਾਰ ਕਰਦਾ ਤੁਹਾਨੂੰ ਲੱਗਿਆ ਵੀ ਇੱਥੋਂ ਐਂ ਨਹੀਂ ਐਂ ਹੋ ਗਿਆ, ਤੁਹਾਨੂੰ ਪਤਾ ਵੀ ਇਹ ਇੱਥੋਂ ਥੋੜ੍ਹਾ ਜਿਹਾ ਗਲਤ ਹੋ ਗਿਆ, ਪਰ ਤੁਸੀਂ ਉਹਨੂੰ ਸ਼ਰੇਆਮ ਨਹੀਂ ਕਹਿਣਾ ਵੀ ਤੁਸੀਂ ਗਲਤ ਹੋ, ਉਹਨੂੰ ਬਾਅਦ ਵਿੱਚ ਸਾਈਡ 'ਤੇ ਜਾ ਕੇ ਕਹਿਣਾ ਜੀ ਇਹਨੂੰ ਐਂ ਨਹੀਂ ਐਂ ਕਰ ਲਓ ਤਾਂ ਠੀਕ ਹੈ, ਹੈ ਨਾ, ਸਾਰਿਆਂ ਦੇ ਸਾਹਮਣੇ ਨਹੀਂ, ਤਰੀਕੇ ਨਾਲ ਪਿਆਰ ਨਾਲ ਸਮਝਾਉਣਾ, ਕਿਉਂਕਿ ਉਹਨੂੰ ਠੇਸ ਨਾ ਲੱਗੇ, ਉਹਨੂੰ ਉਹ ਆਪਦੀ ਬੇਇੱਜ਼ਤੀ ਨਾ ਮੰਨੇ ਵੀ ਮੈਨੂੰ ਇਹ ਨੀਵਾਂ ਦਿਖਾ ਰਹੇ, ਕਿਉਂਕਿ ਆਪਾਂ ਸਾਰੀ ਦੁਨੀਆ 'ਤੇ ਪ੍ਰਚਾਰ ਜਿਹੜੀ ਸਹੀ ਹੈ ਪ੍ਰਚਾਰ ਉਹ ਆਪਾਂ ਪ੍ਰਚਾਰ ਲੈ ਕੇ ਚੱਲੇ ਹਾਂ, ਬੜੀਆਂ ਸਾਖੀਆਂ ਕਹਾਣੀਆਂ ਇੱਧਰੋਂ ਉੱਧਰੋਂ ਫੜ ਕੇ ਬੜੀਆਂ ਸੁਣ ਲਈਆਂ, ਕਦੀ ਆਪਦੀ ਕਹਾਣੀ ਸੁਣੀ, ਕਦੀ ਆਪਦੀ ਕਹਾਣੀ ਨਹੀਂ ਸੁਣੀ ਸੀ ਆਪਾਂ, ਹੁਣ ਸੁਣਨ ਲੱਗੇ ਹਾਂ, ਅੱਗੇ ਦੂਸਰਿਆਂ ਦੀਆਂ ਕਹਾਣੀਆਂ ਸੁਣਦੇ ਸੀ, ਹੁਣ ਆਪਾਂ ਆਪਦੀ ਕਹਾਣੀ, ਆਪਦੀ ਕਹਾਣੀ ਕਿਹੜੀ ਆ, ਅਕਥ ਕਹਾਣੀ, ਕਿਹੜੀ ਆ ਜੀ, ਅਕਥ ਕਹਾਣੀ, ਮਹਾਰਾਜ ਕਹਿੰਦੇ ਅਕਥ ਕਹਾਣੀ ਪਦ ਨਿਰਬਾਨੀ ਕੋਈ ਵਿਰਲਾ ਗੁਰਮੁਖ ਬੁੱਝੇ, ਕਹਿੰਦੇ ਇਸ ਕਹਾਣੀ ਨੂੰ ਕੋਈ ਵਿਰਲਾ ਹੀ ਬੁੱਝੇਗਾ, ਉਹ ਸ਼ਬਦ ਸਮਾਵੈ ਆਪ ਗਵਾਵੈ ਤ੍ਰੈ ਭਵਨ ਸੋਝੀ ਸੁਝੇ, ਉਹਨੂੰ ਤਿੰਨਾਂ ਲੋਕਾਂ ਦਾ ਗਿਆਨ ਆ ਜਾਏਗਾ, ਤ੍ਰੈ ਭਵਨ ਸੋਝੀ ਸੁਝੇ। ਅਸੀਂ ਅਕਥ ਕਹਾਣੀ ਜਿਹੜੀ ਹੈ ਉਹਦੇ ਵਿੱਚ ਇਹ ਆ ਕਿ ਸਾਡਾ ਮਨ ਆਪਦੇ ਮੂਲ ਨਾਲੋਂ ਕਿਵੇਂ ਵਿਛੜਿਆ ਅਤੇ ਆਪਦੇ ਮੂਲ ਨੂੰ ਕਿਵੇਂ ਮਿਲੇ, ਮਿਲਣ ਲੱਗਿਆਂ ਰਸਤੇ 'ਚ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਰੁਕਣਗੀਆਂ ਅਤੇ ਕਿਹੜੀਆਂ ਨਿਸ਼ਾਨੀਆਂ ਨੇ ਸਹੀ ਜਿਹੜੀਆਂ ਮਿਲਾਉਣਗੀਆਂ, ਇਹ ਅਕਥ ਕਹਾਣੀ ਦੇ ਵਿੱਚ ਦੱਸਿਆ ਗਿਆ। ਅਤੇ ਤਾਂ ਹੀ ਮਹਾਰਾਜ ਨੇ ਕਿਹਾ ਆਪਾਂ ਨੂੰ ਸਾਰਿਆਂ ਨੂੰ ਸੰਤ ਕਹਿ ਕੇ, ਕਹਿੰਦੇ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈ, ਹੁਕਮ ਮੰਨਿਓ ਗੁਰੂ ਕੇਰਾ, ਆਪਣਾ ਗੁਰਬਾਣੀ ਦੇ ਵਿੱਚ ਇਹ ਆਪਾਂ ਸਾਰਾ ਗਿਆਨ ਲੈ ਰਹੇ ਹਾਂ, ਅਕਥ ਕਹਾਣੀ ਬਾਰੇ ਪੁੱਛ ਰਹੇ ਹਾਂ, ਜਿਸੇ ਜਗਾਏ ਪਿਆਵੈ ਇਹ ਰਸ ਅਕਥ ਕਥਾ ਤਿੰਨ ਜਾਣੇ, ਕਹਿੰਦੇ ਜਿਹਨੂੰ ਉਹ ਜਗਾਉਂਦਾ ਉਹਨੂੰ ਰਸ ਪਿਆਉਂਦਾ, ਕਿਹੜਾ ਰਸ, ਅੰਮ੍ਰਿਤ ਰਸ, ਹਰ ਰਸ, ਆਤਮਿਕ ਰਸ ਜੋ ਸਾਡੇ ਅੰਦਰ ਰੱਖਿਆ ਮਾਲਕ ਨੇ, ਅੰਤਰ ਖੁੰਡਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਬਨਹਾਰੀ, ਕਹਿੰਦੇ ਸ਼ਬਦ ਨਾ ਕੱਢ ਕੇ ਪੀ ਲਓ ਤੁਹਾਡੇ ਅੰਦਰ ਅੰਮ੍ਰਿਤ ਦਾ ਕੁੰਡ ਭਰਿਆ, ਉਹ ਫਿਰ ਆਪਾਂ ਪੀਣਾ ਹੁੰਦਾ। ਇਹ ਸਾਰੇ ਦਾ ਸਾਰਾ ਗਿਆਨ ਤਾਂ ਦਿੱਤਾ ਮਹਾਰਾਜ ਨੇ ਵੀ ਜੇ ਤੁਸੀਂ ਮੇਰੀ ਆਵਾਜ਼ ਨੂੰ ਪਛਾਣ ਲਓਂਗੇ, ਮੈਨੂੰ ਮਿਲ ਲਓਂਗੇ ਤਾਂ ਅੰਤਿਮ ਸਮੇਂ ਮੇਰੇ ਕੋਲ ਆ ਜਾਓਗੇ, ਨਹੀਂ ਜੰਮ ਲੈ ਕੇ ਆਉਣਗੇ, ਜੰਮ ਤਸ਼ੱਦਦ ਕਰਨਗੇ ਜੇ ਤੁਹਾਨੂੰ ਨਾਮ ਦਾ ਭੇਦ ਨਾ ਹੋਇਆ। ਇੱਕ ਤਾਂ ਇਹ ਆ ਜੰਮਾਂ ਦੀ ਮਾਰ ਝੱਲਣੀ ਪਏਗੀ, ਦੂਸਰਾ ਇਹ ਆ ਵੀ ਗਲਤ ਜੂਨ ਵਿੱਚ ਚਲੇ ਜਾਵਾਂਗੇ, ਨਾ ਤਾਂ ਆਪਾਂ ਗਲਤ ਜੂਨ 'ਚ ਜਾਣਾ ਚਾਹੁੰਦੇ ਹਾਂ ਅਤੇ ਨਾ ਜੰਮਾਂ ਦੀ ਮਾਰ 'ਚ ਆਉਣਾ ਚਾਹੁੰਦੇ, ਅਤੇ ਫਿਰ ਕਮਾਈ ਕਰਨੀ ਪਏਗੀ, ਕਾਹਦੀ, ਸ਼ਬਦ ਦੀ ਕਮਾਈ, ਕਿਹੜੀ ਕਰਨੀ ਪਏਗੀ, ਸ਼ਬਦ ਦੀ ਕਮਾਈ ਆਪਾਂ ਕਰਦੇ ਹਾਂ, ਵਾਹ ਗੁਰੂ, ਮਨ ਨੂੰ ਇਕਾਗਰ ਕੀਤਾ ਗੁਰਮੰਤਰ ਦ੍ਰਿੜ ਕਰਕੇ, ਫਿਰ ਅਨਹਦ ਸ਼ਬਦ ਨੂੰ ਸੁਣਨਾ ਜੋ ਕੰਨਾਂ ਦੇ ਵਿੱਚ ਸਾਜ਼ ਟਿਊਨ ਚੱਲਦੀ ਪਈ ਹੈ, ਬੜੀ ਆਵਾਜ਼ ਮਿੱਠੀ ਸੁਰੀਲੀ ਆਵਾਜ਼ ਚੱਲਦੀ, ਕੰਟੀਨਿਊ ਚੱਲ ਰਹੀ, ਬਸ ਫਿਰ ਉਹਨੂੰ ਐਂ ਸੁਣੀ ਜਾ,
ਅਤੇ ਸਿਮਲੋ ਤੁਸੀਂ ਸ਼ਬਦ ਦੀ ਕਮਾਈ ਕਰ ਰਹੇ ਹੋ, ਸ਼ਬਦ ਦੀ ਕਮਾਈ ਕਰ ਰਹੇ। ਜਿਵੇਂ ਬਾਹਰੀ ਆਪਾਂ ਕਮਾਈ ਕਰਦੇ ਹਾਂ, ਪੈਸਾ ਕਮਾਉਂਦੇ ਹਾਂ, ਉਹ ਬਾਹਰੀ ਆ। ਅੰਦਰ ਮਨ ਨੇ ਕਹਿੰਦੀ ਕਮਾਈ ਕਰਨੀ ਹੈ ਸ਼ਬਦ ਦੀ, ਨਾਮ ਦੀ। ਆਓ ਗੁਰਮੁਖ ਪਿਆਰਿਓ, ਆਪਾਂ ਸ਼ਬਦ ਦੀ ਕਮਾਈ ਕਰਨ ਵਾਸਤੇ, ਨਾਮ ਦੀ ਕਮਾਈ ਕਰਨ ਵਾਸਤੇ, ਉਦੋਂ ਪਹਿਲਾਂ ਜਿਹਦੇ ਇਵਜ਼ ਦੇ ਵਿੱਚ ਜਿਹਦੇ ਬਦਲੇ ਦੇ ਵਿੱਚ ਸਾਨੂੰ ਨਾਮ ਧਨ ਮਿਲਣਾ, ਉਹ ਕੀ ਆ? ਉਹ ਨੇ ਸਾਡੇ ਸਵਾਸ। ਉਹ ਕੀ ਨੇ ਜੀ? ਸਾਡੇ ਸਵਾਸ। ਸਵਾਸਾਂ ਦੇ ਬਦਲੇ ਸਾਨੂੰ ਉਹ ਮਿਲਣਾ, ਨਾਮ ਧਨ, ਸ਼ਬਦ। ਅਤੇ ਆਓ ਫਿਰ ਆਪਾਂ ਸਾਰੇ ਸਿਮਰਨ ਕਰੀਏ। ਸਿਮਰਨ ਕਿਵੇਂ ਕਰਨਾ ਤੁਸੀਂ ਦੇਖੋ ਅਤੇ ਸੁਣੋ। ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ ਸਾਰਾ ਜੱਗ ਕਰਦਾ, ਪਰ ਉਹ ਮਿਲ ਕਿਉਂ ਨਹੀਂ ਰਿਹਾ? ਰਾਮ ਨਾ ਪਾਇਆ ਜਾਏ। ਫਿਰ ਕੀ ਕਹਿੰਦੇ? ਕਹਿੰਦੇ ਕਬੀਰ ਰਾਮ ਕਹਿਣ ਮੇ ਭੇਦ ਹੈ, ਕਬੀਰ ਰਾਮ ਕਹਿਣ ਮੇ ਭੇਦ ਹੈ, ਤਾਂ ਮੈਂ ਇੱਕੋ ਵਿਚਾਰ, ਸੋਈ ਰਾਮ ਸਭੇ ਕਹੇ ਸੋਈ ਕੌਤਕ ਹਾਰ। ਉਹ ਕਿਵੇਂ ਕਰਨਾ? ਸਾਹ ਸਾਡੇ ਅੰਦਰ ਜਾਂਦਾ, ਫਿਰ ਉਹ ਨਾਭੀ ਦੇ ਉੱਤੇ ਟੱਕਰ ਖਾ ਕੇ ਬਾਹਰ ਨਿਕਲਦਾ, ਫਿਰ ਨਵਾਂ ਫਰੈਸ਼ ਸਾਹ ਅੰਦਰ ਜਾਂਦਾ, ਉਹ ਪੁਰਾਣਾ ਹੋ ਕੇ ਬਾਹਰ ਨਿਕਲਦਾ। ਐਂ ਮਾਲਕ ਸਾਹ ਦੇਈ ਜਾਂਦਾ, ਉਹ ਬਾਹਰ ਜਾਈ ਜਾਂਦੇ ਆ, ਉਹ ਦੇਈ ਜਾਂਦੇ। ਇਹਨਾਂ ਦਾ ਕੈਲਕੂਲੇਸ਼ਨ ਆ, ਇਹਨਾਂ ਦੀ ਗਿਣਤੀ ਆ। ਆਪਣੇ ਸਾਰਿਆਂ ਦੇ ਮਨਾਂ ਨੂੰ ਸਾਹ ਗਿਣ ਕੇ ਮਿਲੇ ਨੇ। ਉਹ ਸਵਾਸਾਂ ਦੇ ਹੁੰਦਿਆਂ ਹੁੰਦਿਆਂ ਆਪਣੇ 'ਚੋਂ ਕਿਹੜਾ ਪ੍ਰਭੂ ਮਿਲਾਪ ਕਰਦਾ, ਉਹ ਸਮਝ ਲਓ ਖੇਡ ਜਿੱਤ ਗਿਆ। ਅਤੇ ਜਿਹੜਾ ਸਵਾਸਾਂ ਦੇ ਰਹਿੰਦਿਆਂ ਰਹਿੰਦਿਆਂ ਮਿਲਾਪ ਨਾ ਕੀਤਾ, ਤਾਂ ਉਹ ਖੇਡ ਹਾਰ ਗਿਆ। ਇਹ ਹੁਣ ਆਪਣੇ ਸ਼ਾਹ ਪੈਦਾ ਹੋਣਾ ਚਾਹੀਦਾ, ਵੀ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਖੇਡ ਜਿੱਤਣਾ ਹੀ ਜਿੱਤਣਾ। ਅਤੇ ਉਹਦੇ ਲਈ ਕੀ ਕਰਨਾ? ਸਿਮਰਨ ਕਰਨਾ। ਸਿਮਰਨ ਕਿਵੇਂ ਕਰਨਾ? ਬੜੇ ਪਿਆਰ ਦੇ ਨਾਲ ਬਾਡੀ ਨੂੰ ਰਿਲੈਕਸ ਰੱਖਣਾ, ਸਰੀਰ ਨੂੰ ਰਿਲੈਕਸ ਰੱਖਣਾ, ਅੱਖਾਂ ਨੂੰ ਰਿਲੈਕਸ ਰੱਖਣਾ, ਇਹਨਾਂ ਅੱਖਾਂ ਨੂੰ ਰਿਲੈਕਸ ਰੱਖਣਾ। ਅੱਖਾਂ ਨੂੰ ਬੰਦ ਕਰਕੇ ਨੱਕ ਦੀ ਨੋਕ ਦੇ ਅੱਗੇ ਦੇਖਣਾ। ਇੱਥੇ ਚੰਦ ਅਤੇ ਸੂਰਜ ਆਪਸ ਵਿੱਚ ਬਰਾਬਰ ਹੋ ਜਾਂਦੇ ਜਦੋਂ ਆਪਾਂ ਇੱਥੇ ਦੇਖ ਲਈਏ। ਮੰਨਣਾ ਹੀ ਆ, ਤੀਰ ਨਹੀਂ ਪਾਉਣਾ, ਅੱਖਾਂ ਨੂੰ ਐਂ ਨਹੀਂ ਕਰਨਾ, ਬਸ ਅੱਖਾਂ ਬੰਦ ਕਰਕੇ ਇੱਥੇ ਦੇਖ। ਇੱਥੇ ਦੇਖੋਗੇ ਤਾਂ ਸੁੰਨ ਦਿਖਾਈ ਦੇਗੀ, ਹਨੇਰਾ ਦਿਸੇਗਾ। ਜਿਹਨੂੰ ਹਨੇਰਾ ਦਿਖਦਾ ਉਹ ਹਨੇਰਾ ਦੇਖੇ, ਜਿਹਨੂੰ ਪ੍ਰਕਾਸ਼ ਦਿਖਦਾ ਉਹ ਪ੍ਰਕਾਸ਼ ਦੇਖੇ। ਠੀਕ ਹੈ ਜੀ। ਹਨੇਰਾ ਤਾਂ ਦੱਸਦੇ ਆ ਵੀ ਨਵੇਂ ਨੂੰ ਹਨੇਰਾ ਦਿਖਦਾ, ਹੌਲੀ ਹੌਲੀ ਪ੍ਰਕਾਸ਼ ਦਿਸਣ ਲੱਗ ਜਾਂਦਾ। ਜੇ ਪ੍ਰਕਾਸ਼ ਦਿਖਦਾ ਤਾਂ ਪ੍ਰਕਾਸ਼ ਦੇਖਣਾ। ਇੱਥੇ ਦੇਖਦਿਆਂ ਹੋਇਆਂ ਨੇ ਰਸਨਾ ਨੂੰ ਜਪਣ ਲਾਉਣਾ। ਰਸਨਾ ਜਪਤੀ ਤੂੰ ਹੀ ਤੂੰ ਹੀ, ਕੀ ਜਪਣ ਲਾਉਣਾ? ਵਾਹ। ਕੰਨਾਂ ਨੂੰ ਸੁਣ ਲਾਉਣਾ। ਰਸਨਾ ਨੇ ਜਪਿਆ ਵਾਹ, ਕੰਨਾਂ ਨੇ ਸੁਣਿਆ, ਕੀ ਸੁਣਿਆ? ਵਾਹ। ਫਿਰ ਰਸਨਾ ਨੇ ਜਪਿਆ ਗੁਰੂ, ਅਤੇ ਕੰਨਾਂ ਨੇ ਕੀ ਸੁਣਿਆ? ਗੁਰੂ। ਅਕਸ਼ਰ ਨਹੀਂ ਦੇਖਣੇ, ਸਿਰਫ ਆਵਾਜ਼ ਸੁਣਨੀ। ਇੱਥੇ ਹਨੇਰੇ ਨੂੰ ਦੇਖਣਾ, ਫਿੱਕੇ ਜਿਹੇ ਨੂੰ, ਅਤੇ ਆਵਾਜ਼ ਬੋਲੀ ਜਾਣੀ ਹੈ ਕੰਨਾਂ ਨਾਲ, ਸੁਣੀ ਜਾਣੀ। ਇਹਨੂੰ ਰਿਪੀਟ ਕਰਦੇ ਜਾਣਾ ਬਾਰ 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 ਬਾਰ। ਸਵਾਸਾਂ ਦਾ ਧੰਨ ਆਪਣੇ ਸਾਰਿਆਂ ਦਾ ਜਮ੍ਹਾਂ ਹੋਵੇ। ਆਓ ਸਾਰੇ ਗੁਰਮੁਖ ਚੰਗੀ ਤਰ੍ਹਾਂ ਖੁੱਲ੍ਹ ਕੇ ਬੈਠ ਜਾਓ, ਨੇਤਰ ਬੰਦ ਕਰ ਲਓ। ਨੇਤਰ ਬੰਦ ਕਰਕੇ ਇੱਥੇ ਦੇਖੋ, ਦੇਖਦੇ ਹੋਏ ਹਾਂ ਅੱਖਾਂ ਨਹੀਂ ਖੋਲ੍ਹਣੀਆਂ ਉੱਨੀ ਦੇਰ ਜਿੰਨੀ ਦੇਰ ਫਤਿਹ ਨਹੀਂ ਬੁਲਾਉਂਦੀ। ਹਾਂਜੀ, ਸਾਰੇ ਨੇਤਰ ਬੰਦ ਕਰ ਲਓ ਜੀ। ਕਰੋ ਸ਼ੁਰੂ, ਵਾਹਿਗੁਰੂ ਵਾਹਿਗੁਰੂ।